ਜੇ ਗਾਂਧੀ ਚਾਹੁੰਦੇ ਤਾਂ ਸ਼ਹੀਦ ਆਜ਼ਮ ਦੀ ਫਾਂਸੀ ਜਿਹੜੀ ਸੀ ਉਹ ਰੋਕ ਸਕਦੇ ਸੀ। ਲੇਕਿਨ ਗਾਂਧੀ ਕਹਿੰਦਾ ਵੀ ਮੇਰੇ ਕੋਲ, ਗਾਂਧੀ ਫਿਲੋਸਫਿਸਟ ਹੈ। 4 ਦਸੰਬਰ 1983 ਨੂੰ ਇੱਕਦਮ ਜਾਗ ਪਏ, ਉੱਥੇ ਭਗਤ ਸਿੰਘ ਆਇਆ, ਉਹਦੇ ਕੱਪੜੇ ਪਾਟੇ ਹੋਏ ਸੀ। ਉਹ ਕਹਿੰਦਾ ਬੀਬੀ ਤੂੰ ਇੱਥੇ ਕੀ ਕਰਦੀ, ਪੰਜਾਬ 'ਤੇ ਅੱਗ ਵਰਨ ਵਾਲੀ ਹੈ। ਕਿ ਸ਼ਹੀਦ ਆਜ਼ਮ ਧਾਰਮਿਕ ਸੀ, ਕਿ ਉਹ ਕਿਤੇ ਧਾਰਮਿਕ ਸਥਾਨਾਂ 'ਤੇ ਮੱਥਾ ਟੇਕਣ ਜਾਂਦੇ ਸੀ? ਨਹੀਂ, ਰੱਬ 'ਚ ਵਿਸ਼ਵਾਸ ਸੀ ਉਹਨਾਂ। ਮਤਲਬ ਮੱਥੇ ਕਿੱਥੇ ਟੇਕਦੇ ਫਿਰਦੇ, ਆਪਣੇ ਆਪ 'ਚ ਯਕੀਨ ਬਣਾਓ। ਸਾਈਮਨ ਕਮਿਸ਼ਨ ਵਿੱਚ ਵੀ ਉਹਨਾਂ ਦਾ ਹੈ ਕਿ ਤੁਸੀਂ ਸਾਡੇ ਨਾਲ ਧੋਖਾ ਕੀਤਾ, ਤੁਸੀਂ ਸਾਡੇ ਮੇਰੇ ਬੰਦਿਆਂ ਨੂੰ ਐਜੂਕੇਸ਼ਨ ਨਹੀਂ ਦਿੱਤੀ। ਸ਼ਹੀਦੋ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ, ਵਤਨ ਪਰ ਮਰਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ। ਸਵਾਗਤ ਹੈ ਜੀ ਤੁਹਾਡਾ ਸਭਨਾ ਦਾ SMZ ਨਿਊਜ਼ 'ਚ, ਮੈਂ ਹਾਂ ਵਰਿੰਦਰ। ਦੋਸਤੋ, ਜੇ ਅੱਜ ਅਸੀਂ ਇਸ ਆਜ਼ਾਦ ਹਵਾ 'ਚ ਸਾਹ ਲੈ ਰਹੇ ਹਾਂ ਤਾਂ ਉਹ ਸਿਰਫ ਆਪਣੇ ਇਨਕਲਾਬੀ ਸ਼ਹੀਦਾਂ ਦੀ ਬਦੌਲਤ। ਅੱਜ ਦਾ ਦਿਨ ਬੇਹੱਦ ਖਾਸ ਹੈ ਸਾਡੇ ਸਾਰੇ ਹੀ ਦੇਸ਼ ਵਾਸੀਆਂ ਵਾਸਤੇ, ਕਿਉਂਕਿ ਅੱਜ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਹੋਣਾਂ ਦਾ ਜਨਮ ਦਿਹਾੜਾ। ਇਸ ਖਾਸ ਦਿਨ 'ਤੇ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਉਹਨਾਂ ਦੇ ਭਾਣਜੇ ਸਰਦਾਰ ਜਗਮੋਹਨ ਸਿੰਘ ਜੀ। ਸਰਦਾਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ SMZ ਨਿਊਜ਼ 'ਚ। ਬਹੁਤ ਮਿਹਰਬਾਨੀ, ਤੁਹਾਡੇ ਸਰੋਤਿਆਂ ਨੂੰ ਮੇਰੀ ਅਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਸੋ ਸਰਦਾਰ ਜਗਮੋਹਨ ਸਿੰਘ ਜੀ, ਜੇ ਤੁਹਾਡੇ ਪਰਿਵਾਰਕ ਲੜੀ ਦੀ ਗੱਲ ਕਰੀਏ, ਸ਼ਹੀਦ ਆਜ਼ਮ ਸਰਦਾਰ ਸਿੰਘ ਭਗਤ ਸਿੰਘ ਹੋਰਾਂ ਦੇ ਨਾਲ ਜੋ ਤੁਹਾਡੇ ਸੰਬੰਧ ਨੇ ਉਹਨਾਂ ਦੀ ਗੱਲ ਕਰੀਏ, ਕੀ ਕਹਿਣਾ ਤੁਹਾਡਾ? ਦੇਖੋ, ਮੈਂ ਮੇਰੇ ਮਦਰ ਬੀਬੀ ਅਮਰ ਕੌਰ ਸ਼ਹੀਦ ਭਗਤ ਸਿੰਘ ਹੋਣਾ ਤੋਂ 3 ਸਾਲ ਛੋਟੇ ਸੀਗੇ ਜੀ, ਔਰ ਉਹਨਾਂ ਦਾ ਜਨਮ ਜਿਹੜਾ ਹੈ ਉਹ ਵੀ ਆਪਣੇ ਆਪ ਵਿੱਚ ਉਦੋਂ ਦਾ ਇੱਕ ਇਨਕਲਾਬ ਹੈ। ਕਿਉਂਕਿ ਕਿਸੇ ਨੇ ਭਗਤ ਸਿੰਘ ਨੂੰ ਪੁੱਛਿਆ ਵੀ ਹੈ ਭਗਤ ਸਿੰਘ, ਤੇਰੇ ਭੈਣ ਆ ਗਈ ਹੈ? ਕਿਉਂਕਿ ਉਹ ਯੁੱਗ ਕੁੜੀਆਂ ਨੂੰ ਜੀਣ ਦਾ ਹੱਕ ਕੱਟ ਦਿੰਦਾ ਸੀ ਜੀ। ਭਗਤ ਸਿੰਘ ਹੋਣਾ ਨੇ ਹਮੇਸ਼ਾ ਆਪਣੇ ਦਾਦਾ ਜੀ ਦੀ ਦਲੀਲ ਦੁਹਰਾਈ, ਕੀ ਫਰਕ ਪੈਂਦਾ, ਚਾਰ ਆਨੇ ਹੋਏ ਤੇ ਅੰਦਰ ਵੜ ਕੇ ਵਿਆਹ ਲਾਂਗੇ, ਰੁਪਈਆ ਹੋਇਆ ਤੇ ਕੋਠੇ ਤੇ ਟੋਲ ਟਮੱਕੇ ਨਾ ਵਿਆਹ ਲਾਂਗੇ ਜੀ। ਤੋ ਉਹ ਉਹਨਾਂ ਨੇ ਉਹਨਾਂ ਨੂੰ ਰਿਸੀਵ ਵੀ ਕੀਤਾ। ਤੋ ਦੂਜਾ ਜਿਹੜਾ ਮੇਰੇ ਮਦਰ ਦਾ ਨਾਂ ਅਮਰ ਕੌਰ ਰੱਖਿਆ ਗਿਆ, ਕਿਉਂਕਿ ਉਹਨਾਂ ਦਾ ਜਨਮ 1910 ਦਾ ਹੈ, ਉਹਨਾਂ ਦਾ 1907 ਦਾ ਹੈ, ਔਰ ਉਸੇ ਵਕਤ ਉਸੇ ਮਹੀਨੇ ਜੁਲਾਈ ਵਿੱਚ, ਉਹ 1 ਜੁਲਾਈ ਨੂੰ ਉਹਨਾਂ ਦਾ ਜਨਮ ਹੋਇਆ। 20 ਜੁਲਾਈ ਨੂੰ ਉਹਨਾਂ ਦੇ ਚਾਚਾ ਜੀ ਸਾਹਿਬ ਸਵਰਨ ਸਿੰਘ 25 ਸਾਲ ਦੀ ਉਮਰ ਵਿੱਚ ਸ਼ਹੀਦ ਹੁੰਦੇ ਨੇ। ਅਤੇ ਮੈਂ ਸਮਝਦਾ ਕਿ ਉਹਨਾਂ ਦੇ ਦਾਦਾ ਜੀ ਨੇ ਜਿਹੜਾ ਨਾਂ ਵੀ ਉਹਨਾਂ ਨੂੰ ਅਮਰ ਦਿੱਤਾ, ਉਹ ਇੱਕ ਇਮੋਰਟੈਲਿਟੀ ਆਫ ਲਾਈਫ, ਕੰਟੀਨਿਊਟੀ ਆਫ ਲਾਈਫ ਦਾ ਹੈ। ਤੋ ਇਸ ਹਿਸਾਬ ਨਾਲ ਮੈਂ ਸਮਝਦਾ ਕਿ ਭਗਤ ਸਿੰਘ ਉਹਨਾਂ ਦੇ ਨਾਲ ਘਰ ਵਿੱਚ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਸਮਾਂ ਬਿਤਾਇਆ ਉਹ ਮੇਰੇ ਮਦਰ ਸੀ, ਕਿਉਂਕਿ ਛੋਟੇ ਭੈਣ ਭਰਾ ਬਹੁਤ ਛੋਟੇ ਸੀਗੇ, ਔਰ ਉਹ ਉਹਦੇ ਨਾਲ ਉਹਨਾਂ ਨੇ ਉਹਨਾਂ ਵੈਲਿਊਜ਼ ਨੂੰ ਕਿਵੇਂ ਲਿਵ ਕੀਤਾ। ਤੋ ਉਹਨਾਂ ਦਾ ਇੱਕ ਸਵਾਲ ਕਿ ਵੀ ਰਿਸ਼ਤਾ ਤਾਂ ਬਹੁਤ ਜਾਣਨ ਨਾਲ ਬਣਦਾ ਹੈ, ਤੋ ਮੇਰੇ ਅੰਦਰ ਉਹਨਾਂ ਨੇ ਉਹ ਜਾਣਨ ਦੀ ਚਾਹ ਜਿਹੜੀ ਹੈ ਕਿ ਵੀ ਭਗਤ ਸਿੰਘ ਨੂੰ ਜਾਣਿਆ ਜਾਵੇ, ਉਹ ਪੈਦਾ ਕੀਤੀ। ਸੋ ਇਹ ਰਿਸ਼ਤਿਆਂ ਦੀ ਕੜੀ, ਅਤੇ ਉਹ ਜਿਹੜੀ ਮਤਲਬ ਮੈਂ ਸਮਝਦਾ ਕਿ ਉਹ ਇੱਕ ਸਮਾਜਿਕ ਭਾਰ ਵੀ ਹੈ, ਇੱਕ ਰਿਸ਼ਤੇ ਦਾ ਜਿਹੜਾ ਵੀ ਉਹ ਜੋ ਉਹਨਾਂ ਦੇ ਬਾਰੇ ਵਿੱਚ ਮੈਂ ਜਾਣਾ ਤੁਹਾਡੇ ਨਾਲ ਸਾਂਝਾ ਕਰ ਸਕਾਂ, ਮਤਲਬ ਇਹ ਹੀ ਇੱਕ ਡਿਊਟੀ ਦਾ ਪਾਰਟ ਹੈ ਜੀ, ਕਿ ਉਹਨੂੰ ਠੀਕ ਪਤਾ ਸਮਝਿਆ ਜਾ ਸਕੇ, ਔਰ ਉਹ ਲਗਾਤਾਰ
ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਭਗਤ ਸਿੰਘ ਨਾਲ, ਉਹਨਾਂ ਦੀਆਂ ਲਿਖਤਾਂ ਰਾਹੀਂ ਜੀ ਉਹਨਾਂ ਦੇ ਹਰ ਸਵਾਲ ਦੇ ਜਵਾਬ ਵਿੱਚ ਲੱਭਦੇ ਰਹਿੰਦੇ ਜੀ। ਸੋ ਤੁਹਾਡੇ ਮਾਤਾ ਜੀ ਜਿਹੜੇ ਸੀ ਸਰਦਾਰ ਭਗਤ ਸਿੰਘ ਹੋਰਾਂ ਤੋਂ ਛੋਟੇ ਸੀਗੇ, ਅਤੇ ਜਦੋਂ ਤੁਹਾਡਾ ਬਚਪਨ ਜਦੋਂ ਤੁਸੀਂ ਪੈਦਾ ਹੋਏ, ਉਹ ਫਿਰ ਤੁਹਾਡੇ ਮਾਤਾ ਜੀ ਸ਼ਹੀਦੇ ਆਜ਼ਮ ਬਾਰੇ, ਪਰਿਵਾਰ ਬਾਰੇ ਗੱਲਾਂ ਬਾਤਾਂ ਸਾਂਝੀਆਂ ਕਰਦੇ ਰਹਿੰਦੇ ਹੋਣੇ ਆ, ਕੋਈ ਇਹੋ ਜਿਹੀ ਖਾਸ ਗੱਲ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੋਗੇ? ਮੈਂ ਸਮਝਦਾ ਕਿ ਉਹਨਾਂ ਦੀ ਬਹੁਤ ਸਾਰੀਆਂ ਮਤਲਬ ਕਿ ਉਹ ਆਪਣੇ ਭਰਾ ਦੀ ਲੀਗੇਸੀ 'ਚ ਉਹਦੇ ਵਿਰਾਸਤ 'ਚ ਲਿਵ ਕੀਤਾ ਉਹਨਾਂ ਨੇ, ਕਿ ਉਹਨਾਂ ਨੂੰ ਵੀ ਮੇਰੇ ਨਾਲ ਤਾਂ ਖਾਸ ਜਿਹੜੀ ਘਟਨਾ ਕਿ ਉਹਨਾਂ ਨੂੰ 1945 ਵਿੱਚ ਇਲੈਕਸ਼ਨ ਹੋਏ, ਉਹਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਬਹੁਤ ਧੂੰਆਂਧਾਰ ਮਤਲਬ ਸਪੀਚਾਂ ਦੇਣ ਵਾਸਤੇ ਉਹਨਾਂ ਨੂੰ ਸਜ਼ਾ ਹੋਈ ਔਰ ਅੰਬਾਲਾ ਜੇਲ੍ਹ 'ਚ, ਅਤੇ ਮੈਨੂੰ ਉਹਨਾਂ ਦੇ ਨਾਲ ਰਹਿਣ ਦਾ ਮੌਕਾ ਮਿਲਿਆ, ਕਿਉਂਕਿ 1.5 ਸਾਲ ਦੀ ਸਜ਼ਾ ਸੀ, ਮੈਂ 2.25 ਸਾਲ ਦਾ ਸੀ, ਅਤੇ 2 ਸਾਲ 'ਚ ਉੱਥੇ ਮਤਲਬ ਮੈਨੂੰ ਖਿਡਾਉਣ ਵਾਲੇ ਜਿਹੜੇ ਸੀ ਉਹ ਸਾਰੇ INA ਦੇ ਮਤਲਬ ਜਿਹੜੇ ਲੋਕ INA 'ਚੋਂ ਆਏ ਸੀਗੇ ਉਹ ਸੀ, ਉਹ ਬਾਅਦ 'ਚ ਉਹਨਾਂ ਦੇ ਮੁਲਾਕਾਤ। ਤੋਂ ਦੂਜਾ ਜਿਹੜਾ ਹੈ ਕਿ ਉਹਨਾਂ ਨੇ ਦਰਅਸਲ ਆਪਣੇ ਭਰਾ ਤੋਂ ਇਹ ਸਿੱਖਿਆ ਕਿ ਜਿਹੜੀ ਤੁਹਾਡੀ ਸਮਾਜਿਕ ਡਿਊਟੀ ਹੈ ਉਹਦੇ ਨਾਲ ਤੁਹਾਡੀ ਆਪਣੀ ਜਿਹੜੀ ਨਿੱਜੀ ਡਿਊਟੀ ਹੈ ਉਹ ਮਤਲਬ ਨਾਲ ਨਾਲ ਚੱਲਣੀ ਚਾਹੀਦੀ। ਇਸ ਕਰਕੇ ਉਹਨਾਂ ਨੇ ਸਾਨੂੰ ਸਾਰਿਆਂ ਨੂੰ, ਮੈਂ ਅਸੀਂ 4 ਭਰਾ ਅਤੇ 2 ਭੈਣਾਂ ਸੀ, ਉਹਨਾਂ ਨੇ ਹਰ ਭੈਣ ਭਰਾ ਮੇਰੇ ਭੈਣ ਭਰਾਵਾਂ ਨੂੰ ਕਿਸੇ ਨਾ ਕਿਸੇ ਦੀ ਡਿਊਟੀ 'ਚ ਦਿੱਤਾ ਹੋਇਆ ਸੀ ਵੀ ਤੁਸੀਂ ਮਤਲਬ ਤਾਂ ਕਿ ਉਹ ਉਹਨਾਂ ਨੂੰ ਕੋਈ ਉਹਨਾਂ ਦੇ ਪਬਲਿਕ ਲਾਈਫ ਵਿੱਚ ਹੋਣ ਕਰਕੇ ਸਾਨੂੰ ਨੁਕਸਾਨ ਨਾ ਹੋਵੇ, ਬੱਚਿਆਂ ਨੂੰ ਮਤਲਬ ਸਿੱਖਣ ਦਾ ਮੌਕਾ ਮਿਲੇ। ਤੋ ਇਹ ਮੈਂ ਸਮਝਦਾ ਕਿ ਔਰ ਆਖਰੀ ਅਤੇ ਉਹ ਉਹਨਾਂ ਦੀਆਂ ਯਾਦਾਂ ਵਿੱਚ ਹੀ ਸਨ। ਇੱਕ ਮਤਲਬ ਘਟਨਾ ਬੜੀ, ਅਕਤੂਬਰ 1983 ਵਿੱਚ ਜਦੋਂ ਪੰਜਾਬ 'ਚ ਬਹੁਤ ਬਿਖਰਾਓ ਹੋ ਰਿਹਾ ਸੀ ਬੜਾ, ਉਹ ਇੱਕਦਮ ਇੱਕ ਕੌਮਾ ਸਟੇਜ 'ਚ ਚਲੇ ਗਏ, ਜਿਹਦੇ ਵਿੱਚ ਵੀ ਜਦੋਂ ਮੈਂ ਆਉਂਦਾ ਸੀ ਤਾਂ ਮੇਰੇ ਹੱਥੋਂ ਰੋਟੀ ਖਾਂਦੇ, ਹੋਰ ਕਿਸੇ ਨਾਲ ਰਿਸਪੋਂਡ ਨਹੀਂ ਸੀ ਕਰਦੇ। ਮੇਰੀ ਵਾਈਫ ਡਾਕਟਰ ਸੀ, ਉਹ ਕਹਿੰਦੇ ਵੀ ਇਹ ਬੜੀ ਅਜੀਬ ਜਿਹੀ ਸਥਿਤੀ ਹੈ ਕਿ ਵੀ ਫਿਜ਼ੀਕਲੀ ਕੋਈ ਪ੍ਰੋਬਲਮ ਨਹੀਂ ਹੈ ਪਰ ਇੱਕ ਮਤਲਬ ਡੀਪ ਮਤਲਬ ਉਸ ਲੈਵਲ 'ਤੇ ਨੇ। ਔਰ ਐਗਜੈਕਟਲੀ 4 ਦਸੰਬਰ 1983 ਨੂੰ ਇੱਕਦਮ ਜਾਗ ਪਏ, ਕਹਿੰਦੇ ਮੈਂ ਤਾਂ ਹੁਸੈਨੀ ਵਾਲੇ ਬੈਠੀ ਹੋਈ ਸੀਗੀ, ਉੱਥੇ ਭਗਤ ਸਿੰਘ ਆਇਆ, ਉਹਦੇ ਕੱਪੜੇ ਪਾਟੇ ਹੋਏ ਸੀ, ਉਹ ਕਹਿੰਦਾ ਬੀਬੀ ਤੂੰ ਇੱਥੇ ਕੀ ਕਰਦੀ, ਪੰਜਾਬ 'ਤੇ ਅੱਗ ਵਰਨ ਵਾਲੀ ਹੈ, ਜਾ ਕੇ ਕੁਛ ਲੋਕਾਂ ਨੂੰ ਠੰਡੇ ਕਰੋ। ਔਰ ਉਹਦੇ ਤੋਂ ਬਾਅਦ ਕਮਜ਼ੋਰ ਹੁੰਦੇ ਹੋਏ ਵੀ ਮਤਲਬ ਹਰ ਪਿੰਡ ਵਿੱਚ ਜਿੱਥੇ ਵੀ ਨੌਜਵਾਨਾਂ ਨੇ ਬੁਲਾਇਆ ਉਹਨਾਂ ਨੂੰ ਲੈ ਕੇ ਜਾਣਾ, ਉਹਨਾਂ ਨੇ ਗੱਲ ਕਰਨੀ ਔਰ ਬੜੀ ਧੜੱਲੇ ਨਾਲ ਗੱਲ ਕਰਨੀ। ਔਰ ਉਹ 84 ਦਾ ਜਿਹੜਾ ਮਤਲਬ ਇਹ ਜਿਹੜੀ ਲਿਵਿੰਗ ਹੈ, ਔਰ ਉਹਨਾਂ ਦੀ ਇੱਕ ਆਖਰੀ ਵਸੀਅਤ ਜਿਹੜੀ ਉਹਨਾਂ ਨੇ ਸਾਨੂੰ ਲਿਖਾਈ, ਔਰ ਉਹਦੇ 'ਚ ਕਈ ਚੀਜ਼ਾਂ ਸਾਡੇ ਵਾਸਤੇ ਵੀ ਸਮਝਣ ਲਈ ਬੜੀ, ਉਹ ਕਹਿੰਦੇ ਵੀ ਦੇਖੋ ਇਹ ਸਾਡੇ ਸਮਾਜ ਵਿੱਚ ਔਰਤ ਇੱਕ ਗੱਲ ਤੋਂ ਬਰੀ ਹੈ ਕਿ ਉਹਦੀ ਜਾਇਦਾਦ ਨਹੀਂ ਹੁੰਦੀ, ਤੋ ਇਸ ਕਰਕੇ ਉਹਦੀ ਜਾਇਦਾਦ ਦਾ ਝਗੜਾ ਨਹੀਂ ਪੈਂਦਾ, ਪਰ ਇੱਕ ਮਾਂ ਭੈਣ ਮਤਲਬ ਹੋਣ ਦੇ ਨਾਤੇ ਮਤਲਬ ਮੇਰੇ ਕੋਲ ਪਿਆਰ ਹੈ ਜਿਹੜਾ ਮੈਂ ਭਰਾਵਾਂ ਨਾਲ ਵੀ ਵੰਡਿਆ, ਜਿਹੜਾ ਮੈਂ ਹੁਣ ਵੀ ਵੰਡਾਂਗੀ, ਪਰ ਇੱਕ ਗੱਲ ਮੈਂ ਕਹਿੰਦੀ ਹਾਂ ਕਿ ਤੁਸੀਂ ਮੇਰੀ ਸ਼ਾਂਤੀ ਲਈ ਕੋਈ ਪ੍ਰੇਅਰ ਨਹੀਂ ਕਰਨੀ, ਕਿਉਂਕਿ ਇਹ ਭਰਮ ਹੈ। ਮੇਰੀ ਸ਼ਾਂਤੀ ਤਾਂ ਉਦਣ ਹੋਏਗੀ ਜਿੱਦਣ ਇੱਕ ਵੀ ਬੱਚਾ ਭਾਰਤ ਦਾ ਜਿਹੜਾ ਹੈ ਉਹ ਨੰਗਾ ਅਤੇ ਭੁੱਖਾ ਨਹੀਂ ਹੈ। ਜੇ ਤੁਸੀਂ ਮੇਰੀ ਸ਼ਾਂਤੀ ਲਈ ਕੰਮ ਕਰਨਾ ਤਾਂ ਉਹਨਾਂ ਲਈ ਜਾ ਕੇ ਕਰੋ, ਔਰ ਮਤਲਬ ਕਿ ਕੋਈ ਰਿਲੀਜੀਅਸ ਰਸੂਮ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਮੈਨੂੰ ਉਹਨਾਂ ਨਾਲ ਮੈਂ ਆਪਣੇ ਭਰਾ ਤੋਂ ਸਿੱਖਿਆ ਕਿ ਵੀ ਆਪਣੇ ਆਪ ਵਿਸ਼ਵਾਸ 'ਤੇ ਮੈਂ ਲੜਾਈ ਲੜੀਆਂ ਨੇ ਹੁਣ ਤੱਕ। ਤੋ ਉਹ ਜਿਹੜਾ ਨਾ ਕਿ ਵੀ ਉਹਨਾਂ ਨੂੰ ਮੈਂ ਉਹਨਾਂ ਚੀਜ਼ਾਂ ਨੂੰ ਜੀਂਦੇ ਹੋਏ ਦੇਖਿਆ ਜਿਹਦੇ ਨਾਲ ਤੁਹਾਨੂੰ ਲੱਗਦਾ ਕਿ ਵੀ ਜੋ ਤੁਸੀਂ ਸਿੱਖਿਆ ਉਹਨੂੰ ਤੁਸੀਂ ਜੀਵਨ 'ਚ ਕਿਵੇਂ ਅਪਣਾਇਆ, ਇੱਕ ਰਿਸ਼ਤਾ ਕਿਵੇਂ ਨਿਭਦਾ, ਉਹ ਵੀ ਦੇਖਿਆ ਉਹਨਾਂ ਨੇ।
ਲੈਨਿਨ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ, ਹੋਰ ਵੀ ਉਹਨਾਂ ਨੂੰ ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ। ਅਤੇ ਜੇ ਆਪਾਂ ਸ਼ਹੀਦ ਆਜ਼ਮ ਦੀ ਗੱਲ ਕਰੀਏ ਤਾਂ ਕੀ ਸ਼ਹੀਦ ਆਜ਼ਮ ਧਾਰਮਿਕ ਸੀ? ਕੀ ਉਹ ਕਿਤੇ ਧਾਰਮਿਕ ਸਥਾਨਾਂ 'ਤੇ ਮੱਥਾ ਟੇਕਣ ਜਾਂਦੇ ਸੀ? ਨਹੀਂ, ਰੱਬ 'ਚ ਵਿਸ਼ਵਾਸ ਸੀ ਉਹਨਾਂ? ਨਹੀਂ, ਉਹ ਤਾਂ ਉਹਦੇ ਤੋਂ ਮੁਕਤ ਹੋ ਗਏ ਸੀ, ਔਰ ਉਹਦੇ 'ਚ ਇੱਕ ਦਲੀਲ ਦੇ ਰਾਹੀਂ ਮੁਕਤ ਹੋਏ, ਜਿਹੜਾ ਉਹਨਾਂ ਦਾ ਮੈਂ ਨਾਸਤਕ ਕਿਉਂ ਉਹਨਾਂ ਨੂੰ ਲਿਖਣਾ ਪਿਆ, ਕਿਉਂਕਿ ਉਹਦੇ 'ਤੇ ਮਲਿਕ ਸੱਜਣਾ ਨੇ ਇਲਜ਼ਾਮ ਲਗਾਇਆ ਕਿ ਵੀ ਤੂੰ ਹਉਮੈ ਹੋ ਗਈ ਹੈ ਤੈਨੂੰ, ਇਸ ਕਰਕੇ ਤੂੰ ਰੱਬ ਨੂੰ ਨਹੀਂ ਮੰਨਦਾ, ਕਿਉਂਕਿ ਉਹ ਬਹਿਸ ਹੋ ਰਹੀ ਸੀ। ਮਤਲਬ ਉਹਨਾਂ ਨੇ ਕਿਹਾ ਕਿ ਵੀ ਦੇਖੋ ਬਾਬਾ ਜੀ, ਮੇਰੇ ਕੋਲ ਟਾਈਮ ਨਹੀਂ ਹੈ, ਨਹੀਂ ਤਾਂ ਆਪਾਂ ਈਸਟਰਨ ਫਿਲੋਸਫੀ 'ਤੇ ਵੀ ਗੱਲ ਕਰਦੇ, ਲੇਕਿਨ ਮੇਰਾ ਯਕੀਨ ਹੈ ਕਿ ਬੰਦੇ ਨੂੰ ਆਪਣੇ ਆਪ 'ਚ ਯਕੀਨ ਪੈਦਾ ਕਰਨਾ ਚਾਹੀਦਾ ਅਗਰ ਉਹਨੇ ਸੰਕਟ ਨੂੰ ਡੀਲ ਕਰਨਾ ਹੈ, ਔਰ ਨੌਜਵਾਨਾਂ ਨੂੰ ਖਾਸ ਤੌਰ 'ਤੇ, ਕਿਉਂਕਿ ਆਉਣ ਵਾਲਾ ਸੰਕਟ ਨੌਜਵਾਨਾਂ ਨੇ ਡੀਲ ਕਰਨਾ, ਅਤੇ ਉਹਦੇ ਵਾਸਤੇ ਰੱਬ ਡੰਗੋਰੀ ਹੈ, ਅਤੇ ਜੇ ਤੁਸੀਂ ਡੰਗੋਰੀ 'ਤੇ ਚੱਲ ਰਹੇ ਹੋ ਤਾਂ ਫਿਰ ਤੁਹਾਨੂੰ ਸੰਕਟ ਵੇਲੇ ਤੁਹਾਡਾ ਭਾਰ ਡੰਗੋਰੀ 'ਤੇ ਚਲਾ ਜਾਏਗਾ, ਪੈਰਾਂ 'ਤੇ ਨਹੀਂ ਰਹੇਗਾ, ਤੁਹਾਡੀਆਂ ਲੱਤਾਂ ਕੰਬ ਜਾਣਗੀਆਂ। ਤੋ ਇਸ ਕਰਕੇ ਆਪਣੇ ਆਪ 'ਚ ਵਿਸ਼ਵਾਸ ਪੈਦਾ ਕਰਨਾ, ਤੋ ਉਹ ਉਹਨਾਂ ਦਾ ਇੱਕ ਸਵੈ ਕਲਚਰ ਆਪਾਂ ਕਹੀਏ, ਔਰ ਉਹਦੀ ਰੂਟ ਵੀ ਸਪਿਰਿਚੁਅਲ ਹੈ। ਮਤਲਬ ਸਵੈ ਵਿਸ਼ਵਾਸ ਪੈਦਾ ਕਰਨਾ ਮਤਲਬ ਸਪਿਰਿਚੁਅਲ ਰੂਟ ਹੈ, ਜਿਹੜਾ ਹੈ ਕਿ ਨਿਰਭਰਤਾ ਪੈਦਾ ਕਰਨਾ। ਹੁਣ ਤੁਸੀਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਗੁਰ ਸਮਝੋ, ਅਤੇ ਜੇ ਗੁਰ ਸਮਝੋਗੇ ਤਾਂ ਫਿਰ ਤੁਸੀਂ ਅਗਲਾ ਹੱਲ ਕੱਢ ਸਕਦੇ ਹੋ ਆਪਣਾ। ਅਸੀਂ ਗੁਰ ਨੂੰ ਗੁਰੂ ਬਣਾਤਾ, ਹੁਣ ਗੁਰੂ ਦਾ ਮਤਲਬ ਇਹ ਹੈ ਕਿ ਵੀ ਤੁਸੀਂ ਜਾਓ, ਮੱਥਾ ਟੇਕੋ, ਆਸ਼ੀਰਵਾਦ ਲਓ, ਆਪਣੇ ਆਪ ਨੂੰ ਤਸੱਲੀ ਦਿਓ, ਆ ਜਾਓ। ਲੇਕਿਨ ਜਿਹੜਾ ਗੁਰੂ ਹੈ ਉਹ ਗੁਰ ਦੱਸੇਗਾ, ਭਾਈ ਇਹ ਤੇਰੀ ਸਮੱਸਿਆ ਦਾ ਆਹ ਮੂਲ ਕਾਰਨ ਹੈ, ਜੇ ਤੂੰ ਇਹਨੂੰ ਸਮਝਦਾ ਇਹਨੂੰ ਹੱਲ ਕਰ। ਤੋ ਇਸ ਕਰਕੇ ਭਗਤ ਸਿੰਘ ਉਸ ਮੂਲ ਕਾਰਨ 'ਤੇ ਗਏ, ਜਿੱਥੋਂ ਤੱਕ ਉਹਨਾਂ ਦਾ ਵਿਸ਼ਾਲ ਪੜ੍ਹਨ ਦਾ ਹੈ ਕਿ ਉਹ ਦੁਨੀਆਂ ਦਾ ਤਜਰਬਾ ਅਬਜ਼ੋਰ ਕਰਨਾ ਚਾਹੁੰਦੇ ਸੀ, ਕਿਉਂਕਿ ਹਿੰਦੁਸਤਾਨ ਵਿੱਚ ਗਦਰ ਪਾਰਟੀ ਨੇ ਐਡਾ ਵੱਡਾ ਹਮਲਾ ਮਤਲਬ ਹੱਲਾ ਮਾਰਿਆ, 8,000 ਲੋਕ ਆਪਣਾ ਸਾਰਾ ਕਾਰੋਬਾਰ ਛੱਡ ਕੇ, ਜਾਇਦਾਦਾਂ ਛੱਡ ਕੇ ਵਾਪਸ ਮੁੜਾ, ਜਦੋਂ ਕੋਈ ਗਏ ਘਰ ਦੀਆਂ ਪ੍ਰੋਬਲਮ ਹੱਲ ਕਰਨ ਸੀਗੇ, ਔਰ ਉਹਨਾਂ ਨੇ ਬਾਕੀ ਆਪਣੇ ਸਾਥੀਆਂ ਦਾ ਵੀ ਦੇਖਿਆ। ਤੋ ਜਿਹੜਾ ਭਗਤ ਸਿੰਘ ਉਹਨਾਂ ਦਾ ਇਹ ਸੀ ਵੀ ਇਹ ਇੰਨੇ ਤੋਂ ਬਾਅਦ ਅਸੀਂ ਕਾਮਯਾਬ ਕਿਉਂ ਨਹੀਂ ਹੋਏ? ਫਿਰ ਉਹਨਾਂ ਨੇ ਆਪ ਲਿਖਿਆ ਉਸੇ ਲੇਖ ਵਿੱਚ ਕਿ ਮੈਂ ਇੰਨਾ ਪੜ੍ਹਨਾ ਚਾਹਿਆ ਕਿ ਮੈਂ ਹਰ ਸਵਾਲ ਦਾ ਜਵਾਬ ਮਤਲਬ ਦਲੀਲ ਦਾ ਜਵਾਬ ਦਲੀਲ 'ਚ ਦੇ ਸਕਾਂ, ਕਿਉਂਕਿ ਤੁਸੀਂ ਦਲੀਲ ਦੇ ਅਗੇਂਸਟ ਦਲੀਲ ਖੜੀ ਕਰੋਗੇ ਤਾਂ ਜਿੱਤੋਗੇ। ਮਤਲਬ ਬਾਹੂਬਲ ਜਿਹੜਾ ਹੈ ਉਹਦੇ ਨਾਲ ਨਹੀਂ ਤੁਸੀਂ ਜਿੱਤੇ, ਮਤਲਬ ਦਿਮਾਗੀ ਬਲ ਨਾਲ ਜਿੱਤੇ। ਤੋ ਦੂਸਰਾ ਜਿਹੜਾ ਉਹਨਾਂ ਦਾ ਸੀ ਕਿ ਵੀ ਮੈਂ ਇੰਨਾ ਪੜ੍ਹਾਂ, ਔਰ ਉਹਨਾਂ ਦਾ ਦੇਖੋ ਉਹਨਾਂ ਦੀ ਜੇਲ੍ਹ ਡਾਇਰੀ ਵਿੱਚ ਵੀ ਇੱਕ ਸਫ਼ਾ ਰੂਸ ਦੇ ਇਨਕਲਾਬ ਦੀ ਗੱਲ ਨਹੀਂ ਕਰ ਰਹੇ ਹੋ, ਰੂਸ ਦਾ ਤਜਰਬਾ ਰਸ਼ੀਅਨ ਰੈਬ, ਔਰ ਉਹਦੇ 'ਚ ਲਿਖਦੇ ਨੇ ਵੀ ਉਹਦਾ ਗੁਰ ਕਿੱਥੇ ਹੈ ਕਿ ਜਿਹੜੇ ਬੋਲਸ਼ੇਵਿਕ ਨੇ ਉਹਨਾਂ ਦੇ ਬਾਰੇ 'ਚ ਉਹਨਾਂ ਦੇ ਦੁਸ਼ਮਣ ਵੀ ਇਹ ਗੱਲ ਮੰਨਦੇ ਨੇ ਕਿ ਵੀ ਉਹ ਹਰ ਚੀਜ਼ ਨੂੰ ਦਲੀਲ ਨਾਲ ਉਹਦੇ ਕਾਰਨ ਨਾ ਸਮਝਣ ਦੀ ਹਿੰਮਤ ਰੱਖਦੇ ਨੇ। ਔਰ ਨਾਲ ਉਹਨਾਂ ਨੇ ਮਾਰਕਸ ਦਾ ਕਿ ਵੀ ਫਿਲਾਸਫਰਾਂ ਨੇ ਦੁਨੀਆ ਨੂੰ ਬੜੀ ਤਰ੍ਹਾਂ ਦੇਖਿਆ ਪਰ ਗਲਤ ਨੂੰ ਬਦਲਦੀ ਹੈ ਨਾ, ਤੂੰ ਬਦਲਣ ਵਾਸਤੇ ਕਿਵੇਂ ਹੋਵੇ। ਇਹੀ ਗੱਲ ਉਹ ਗਾਂਧੀ ਦੇ ਉੱਤੇ ਵੀ ਆਪਣੇ ਸਾਥੀਆਂ ਨੂੰ ਕਹਿੰਦੇ ਸੀ, ਗਾਂਧੀ ਫਿਲੋਸਫਿਸਟ ਹੈ, ਫਿਲੋਸਫੀ ਹੁੰਦੀ ਵੀ ਤੁਸੀਂ ਭਲਾ ਚਾਹੁਣ ਵਾਲੇ, ਪਰ ਉਹ ਕਹਿੰਦੇ ਭਲਾ ਚਾਹੁਣ ਨਾਲ ਸਮਾਜ ਦਾ ਭਲਾ ਤਾਂ ਨਹੀਂ ਨਾ ਹੁੰਦਾ, ਸਮਾਜ ਦੇ ਭਲੇ ਵਾਸਤੇ ਤੁਹਾਨੂੰ ਇੱਕ ਵਿਗਿਆਨਕ ਸੋਚ ਵਾਲੀ ਗਤੀਸ਼ੀਲ ਸ਼ਕਤੀ ਚਾਹੀਦੀ ਹੈ, ਔਰ ਉਹ ਲੋਕਾਂ 'ਚੋਂ ਪੈਦਾ ਹੋਣੀ ਹੈ। ਤੋ ਲੋਕਾਂ ਦਾ ਆਪਣੇ ਆਪ 'ਚ ਵਿਸ਼ਵਾਸ ਹੋਏਗਾ ਤਾਂ ਹੀ ਉਹ ਸ਼ਕਤੀ ਪੈਦਾ ਹੋ ਸਕਦੀ ਹੈ। ਤੋ ਇਸ ਕਰਕੇ ਮੈਂ ਸਮਝਦਾ ਕਿ ਇਹ ਜਿਹੜਾ ਸਪਿਰਿਚੁਅਲਿਜ਼ਮ ਦਾ ਇੱਕ ਵੱਡਾ ਆਸਪੈਕਟ ਹੈ, ਅਸੀਂ ਮਿਕਸਅਪ ਕਰ ਲੈਂਦੇ ਹਾਂ, ਮਤਲਬ ਆਪਣੇ ਸ਼ਰਧਾਵਾਦ ਵਿੱਚ ਅਤੇ ਇਨਕਲਾਬੀਵਾਦ ਵਿੱਚ, ਅਤੇ ਉਹਦੇ ਵਿੱਚੋਂ ਮਤਲਬ ਜਿਹੜੀ ਹੈ ਰੂਹਾਨੀਅਤ ਜਿਹਨੂੰ ਆਪਾਂ ਕਹਿੰਦੇ। ਹੁਣ ਤਾਂ ਸਾਈਕਾਲੋਜੀ ਨੇ ਬੜਾ ਪ੍ਰੂਫ ਕੀਤਾ ਹੈ ਕਿ ਤੁਸੀਂ ਜਿਹੜਾ ਵਿਸ਼ਵਾਸ ਰੱਖਦੇ ਹੋ ਆਪਣੇ 'ਚ ਉਹ ਤੁਹਾਡੇ ਸਰੀਰ ਨੂੰ ਵੀ ਚਲਾਉਂਦਾ।
ਮਤਲਬ ਬਾਇਓਲੋਜੀ ਔਫ ਬਿਲੀਫ ਕਿਸੇ ਨੇ ਬੜੀ ਇੰਟਰਸਟਿੰਗ ਰਿਸਰਚ ਬੁੱਕ ਲਿਖੀ ਹੈ ਕਿ ਤੁਹਾਡੇ ਯਕੀਨ ਜਿਹੜੇ ਨੇ ਉਹ ਯਕੀਨ ਬਣਾਉਣਾ ਕਿ ਤੁਹਾਡਾ ਆਪਣੇ ਆਪ 'ਚ ਯਕੀਨ ਹੈ ਕਿ ਬਾਹਰ ਮਤਲਬ ਗੁਰੂਆਂ ਨੇ ਵੀ ਇਹਦੇ ਤੋਂ ਹੀ ਮੁਕਤ ਕੀਤਾ ਸੀ ਨਾ ਵੀ ਤੁਸੀਂ ਆਪ ਮਤਲਬ ਮੱਥੇ ਕਿੱਥੇ ਟੇਕਦੇ ਫਿਰਦੇ ਆਪਣੇ ਆਪ 'ਚ ਯਕੀਨ ਬਣਾਓ ਮਤਲਬ ਇਹ ਇਹ ਜਿਹੜਾ ਹੈ ਇਹ ਉਹਦੀ ਐਵੋਲਿਊਸ਼ਨ ਹੈ ਉਹਦਾ ਉੱਪਰ ਸਤਾ ਹੈ ਜਿਹੜਾ ਬਾਬਾ ਫਰੀਦ ਕਹਿੰਦੇ ਨਾ ਵੀ ਉੱਚੇ ਚੜ੍ਹ ਕੇ ਦੇਖਿਆ ਅਤੇ ਘਰ ਘਰ ਇਹ ਆ ਕੇ ਉੱਚੇ ਚੜ੍ਹ ਕੇ ਕੋਠੇ 'ਤੇ ਨਹੀਂ ਚੜ੍ਹਿਆ ਮਤਲਬ ਮਾਨਸਿਕ ਤੌਰ 'ਤੇ ਜਦੋਂ ਤੁਸੀਂ ਸਪਿਰਿਚੁਅਲੀ ਹਾਇਰ ਹੁੰਦੇ ਹੋ ਫਿਰ ਤੁਸੀਂ ਚੀਜ਼ਾਂ ਨੂੰ ਵੱਧ ਦੇਖ ਸਕਦੇ ਹੋ। ਅੱਛਾ ਇੱਕ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਬਹੁਤ ਸਾਰੇ ਅੱਜ ਕੱਲ੍ਹ ਦੇ ਨੌਜਵਾਨਾਂ ਦੀ ਗੱਲ ਕਰੀਏ ਮੈਂ ਸਾਰੇ 'ਤੇ ਨਹੀਂ ਕਹਾਂਗਾ ਕਿ ਮੈਜੋਰਟੀ ਜਿਹੜੇ ਯੂਥ ਹੈ ਸਾਡਾ ਉਹਨਾਂ 'ਚ ਜਿਹੜੀ ਚੀਜ਼ ਜਿਸ ਢੰਗ ਨਾਲ ਭਗਤ ਸਿੰਘ ਦੀ ਆਪਾਂ ਜੇ ਦੇਖਦੇ ਹਾਂ ਕਿ ਮੈਚਿਓਰਟੀ ਲੈਵਲ ਬੜੀ ਛੋਟੀ ਉਮਰ ਦੇ ਵਿੱਚੋਂ ਹੀ ਬੜੀ ਵੱਡੀ ਸੋਚ ਬੜੀ ਮਹਾਨ ਸੋਚ ਔਰ ਇੰਨੀ ਅਗਾਂਹ ਵਾਧੂ ਸੋਚ ਜਿਹੜੀ ਸੀਗੀ ਉਹਦੇ ਪਿੱਛੇ ਕੀ ਕਾਰਨ ਸੀਗਾ? ਦੇਖੋ ਮੈਂ ਤੁਹਾਨੂੰ ਦੋ ਚੀਜ਼ਾਂ ਨੇ, ਇੱਕ ਤਾਂ ਕਿ ਆਪਾਂ ਜ਼ਮੀਨ ਦੀ ਖੇਤੀ ਹੁੰਦੀ ਆ ਉਹਦੇ 'ਚ ਜਿਹੜਾ ਪਿਛਲੀ ਵਾਲੀ ਅਰਗੀ ਜ਼ਮੀਨ ਹੈ ਉਹਦੇ ਉੱਤੇ ਅਗਲਾ ਖੇਤੀ ਜਿਹੜੀ ਆ ਉਹਦੀ ਨਿਰਭਰਤਾ ਹੁੰਦੀ ਹੈ। ਤੋ ਇਤਿਹਾਸ ਵਿੱਚ ਵੀ ਹੈ ਕਿ ਜਿਹੜੀਆਂ ਇਤਿਹਾਸਿਕ ਲਹਿਰਾਂ ਨੇ ਉਹ ਇੱਕ ਨਵੀਂ ਜ਼ਮੀਨ ਖੜੀ ਕਰ ਜਾਂਦੀਆਂ ਨੇ, ਨਵੀਆਂ ਵੈਲਿਊਜ਼ ਦੇ ਜਾਂਦੀਆਂ ਨੇ, ਉਹਨਾਂ ਦੇ ਉੱਤੇ ਅਗਲੀਆਂ ਵੈਲਿਊਜ਼ ਹੁੰਦੀਆਂ ਨੇ। ਅਸੀਂ ਉਹਨੂੰ ਜੋੜ ਕੇ ਜਦੋਂ ਨਹੀਂ ਦੇਖਦੇ ਫਿਰ ਸਾਨੂੰ ਹੈਰਾਨੀ ਹੁੰਦੀ ਹੈ। ਹੁਣ ਭਗਤ ਸਿੰਘ ਉਹਨਾਂ ਨੂੰ ਜਿਹੜਾ ਵਿਰਸਾ ਉਹਨਾਂ ਨੇ 1857 ਤੋਂ ਲੈ ਕੇ ਲਿਆ ਮਤਲਬ ਏਕਤਾ ਦਾ, ਕਿ ਲੋਕਾਂ ਦੀ ਏਕਤਾ ਜਿਹੜੀ ਹੈ ਉਹ ਮਤਲਬ ਇਹ ਸਾਮਰਾਜ ਦੇ ਨਿਜੀ ਸ਼ਕਤੀ ਨੂੰ ਜੋੜ ਸਕਦੀ, ਉਹਦਾ ਹੀ ਮਤਲਬ ਗਦਰ ਪਾਰਟੀ ਨੇ ਬੜਾ ਸਿੰਪਲ ਕਿਹਾ ਕਿ ਭਾਈ ਆਪਣਾ ਆਪਣਾ ਵਿਸ਼ਵਾਸ ਤੁਹਾਡਾ ਰੱਖੋ, ਮਤਲਬ ਧਾਰਮਿਕ ਵਿਸ਼ਵਾਸ ਉਹ ਸਾਂਝੇ ਵਿਸ਼ਵਾਸ 'ਚ ਕੋਈ ਜ਼ਰੂਰੀ ਨਹੀਂ ਹੈ, ਪਰ ਸਾਂਝਾ ਵਿਸ਼ਵਾਸ ਇਹ ਹੈ ਕਿ ਆਪਾਂ ਲੋਕਾਂ ਨੂੰ ਇੱਕ ਇਹੋ ਜਿਹਾ ਜੋ ਰਾਜ ਇੱਥੇ ਦੇਖਿਆ ਜਿਹਦੇ 'ਚ ਲੋਕ ਹਿੱਸੇਦਾਰ ਨੇ, ਲੋਕ ਫੈਸਲੇ ਲੈਣ ਦੇ ਕਾਬਲ ਬਣਦੇ ਨੇ, ਉਹ ਦੇਣਾ ਹੈ, ਪੰਚਾਇਤੀ ਰਾਜ ਨੂੰ ਆਪਾਂ ਕਹਿੰਦੇ ਹਾਂ। ਤੋ ਉਹ ਧਰਾਤਲ 1907 ਵਾਲੀ ਵੀ ਹੈ ਔਰ ਉਹਦੇ ਵਿੱਚ ਉਹਨਾਂ ਨੇ ਹੋਰ ਗਹਿਰਾਈ ਵਿੱਚ ਜਾਣ ਕੇ ਜਾ ਕੇ ਦੇਖਣ ਦੀ ਕੋਸ਼ਿਸ਼ ਕੀਤੀ ਜਿਹੜਾ ਪੜ੍ਹਨ ਦਾ ਹੈ ਉਹਨਾਂ ਦਾ, ਕਿ ਉਹਨਾਂ ਨੇ ਸਾਰੀਆਂ ਦੁਨੀਆ ਦੀਆਂ, ਦੇਖੋ ਉਹਨਾਂ ਨੇ ਆਇਰਲੈਂਡ ਨੂੰ ਸਭ ਤੋਂ ਪਹਿਲਾਂ ਪੜ੍ਹਿਆ ਕਿਉਂਕਿ ਆਇਰਲੈਂਡ ਇੱਕ ਤੁਹਾਡੇ ਨਾਲ ਉਹ ਵੀ ਅੰਗਰੇਜ਼ ਦੇ ਖਿਲਾਫ ਲੜ ਰਿਹਾ ਸੀ, ਮਤਲਬ ਤੁਸੀਂ ਵੀ ਲੜ ਰਹੇ ਸੀ, ਲੇਕਿਨ ਉਹ 1921 ਵਿੱਚ ਉਹਨਾਂ ਦੇ ਟੇਬਲ 'ਤੇ ਬਹਿ ਕੇ ਕੁਝ ਚੀਜ਼ਾਂ ਪ੍ਰਾਪਤ ਕਰ ਲੈਂਦਾ ਆਪਣੇ ਪੋਲੀਟੀਕਲ ਰਾਈਟਸ, ਅਸੀਂ ਨਹੀਂ ਕਰ ਸਕੇ। ਤਾਂ ਉਹਨੂੰ ਲੱਗਾ ਕਿ ਉਹਨਾਂ ਕੋਲ ਕੀ ਤਜਰਬਾ ਹੈ, ਪਰ ਉਹ ਤੋਂ ਬਾਅਦ ਉਹਨਾਂ ਨੇ ਕੰਕਲੂਜ਼ਨ ਕੱਢਿਆ ਵੀ ਉਹ ਸਿਰਫ ਗੁਰੀਲਾ ਵਾਰਫੇਅਰ ਹੀ ਨਹੀਂ ਲੜਦੇ, ਪਰ ਇਹ ਕਿ ਉਹ ਡੈਨਬਰੀ ਨੇ ਕਹਿੰਦਾ ਕਿ ਮੈਂ ਵਾਇਸਰਾਏ 'ਤੇ ਹਮਲਾ ਕਰਕੇ ਆਪਣੇ ਪਿੰਡ ਆ ਜਾਂ ਅਤੇ ਪਿੰਡ ਦੇ ਲੋਕ ਕੱਟ ਜਾਣਗੇ ਮੇਰੇ ਬਾਰੇ 'ਚ ਨਹੀਂ ਦੱਸਣਗੇ। ਉਹ ਕਹਿੰਦੇ ਵੀ ਸਾਡੇ ਅਸੀਂ ਇਨਕਲਾਬੀ ਲੋਕਾਂ ਨੇ ਸਾਨੂੰ ਅਪਣਾਇਆ ਨਹੀਂ ਜਾਂ ਲੋਕਾਂ ਨਾਲ ਅਸੀਂ ਕਮਿਊਨੀਕੇਟ ਨਹੀਂ ਕਰ ਸਕੇ, ਤਾਂ ਇਹਦੇ ਉੱਤੇ ਨਵੀਂ ਟੈਕਟਿਸ ਉਹਨਾਂ ਨੇ ਬਣਾਈ। ਫਿਰ ਜਿਹੜਾ ਉਹਨਾਂ ਦਾ ਜਿਹੜਾ ਸਭ ਤੋਂ ਮੈਂ ਸਮਝਦਾ ਕਿ ਹੁਣ ਜੇ ਉਹਨਾਂ ਨੂੰ ਆਪਾਂ ਸਮਝਣਾ ਹੋਵੇ ਤਾਂ ਪਹਿਲਾ ਸਵਾਲ ਜਿਹੜਾ ਹੈ 1924 'ਚੋਂ ਖੜਾ ਕਰਦੇ ਨੇ ਕਿਉਂਕਿ ਜਲ੍ਹਿਆਂਵਾਲਾ ਬਾਗ ਇੱਕ ਏਕਤਾ ਦਾ ਬਹੁਤ ਵੱਡਾ ਪ੍ਰਤੀਕ ਸੀ ਜਿਹਦੇ ਤੋਂ ਡਾਇਰ ਅਤੇ ਅਡਵਾਇਰ ਡਰੇ, ਉਹਨਾਂ ਨੂੰ ਲੱਗਦਾ 1857 ਆ ਗਿਆ, ਹਾਲਾਂਕਿ ਬਾਅਦ ਵਿੱਚ ਚਰਚਿਲ ਕਹਿੰਦਾ ਤੁਸੀਂ ਬੇਵਕੂਫ ਹੋ, ਉਦੋਂ ਸਾਡੇ ਕੋਲ ਘੱਟ ਹਥਿਆਰ ਸੀ ਹੁਣ ਅਸੀਂ ਬਹੁਤ ਤਕੜੇ ਹੋ ਗਏ ਹਾਂ, ਮਤਲਬ ਇੱਦਾਂ ਕੁਛ ਨਹੀਂ ਹੁੰਦਾ। ਲੇਕਿਨ ਉਹਨਾਂ ਨੂੰ ਡਰ ਇਸ ਗੱਲ ਤੋਂ ਕਿ ਏਕਤਾ ਹੋ ਗਈ ਧਰਮਾਂ ਤੋਂ ਜਾਤਾਂ ਤੋਂ ਉੱਪਰ ਉੱਠ ਕੇ, ਔਰ ਉਹ ਏਕਤਾ ਜਿਹੜੀ ਹੈ ਉਹ ਤੁਹਾਡੇ 9 ਅਪ੍ਰੈਲ 1919 ਦੀ ਰਾਮਨੌਮੀ 'ਚ ਰਿਫਲੈਕਟ ਹੁੰਦੀ ਹੈ। ਉਸ ਏਕਤਾ ਤੋਂ ਡਰ 'ਚੋਂ ਮਤਲਬ ਪਾਗਲ ਹੋ ਕੇ ਮਤਲਬ ਜਲ੍ਹਿਆਂਵਾਲਾ ਬਾਗ ਹੋਇਆ, ਭਗਤ ਸਿੰਘ ਉੱਥੇ ਗਏ, ਮਤਲਬ 12 ਸਾਲ ਦੀ ਉਮਰ 'ਚ ਮੇਰੇ ਮਨ 'ਚ 12 ਸਾਲ ਦਾ ਮੁੰਡਾ ਮਤਲਬ ਉਹਨੂੰ ਕੀ ਚੀਜ਼ ਖਿੱਚ ਕੇ ਲਗਾਈ, ਅਤੇ ਇਹ ਦੇਖਿਆ ਕਿ ਵੀ ਉਹਨਾਂ ਦੇ ਦਾਦਾ ਜੀ ਨੇ ਜੋ ਪਹਿਲਾ ਸਬਕ ਦਿੱਤਾ, ਹੁਣ ਘਰ 'ਚ ਉਹਨਾਂ ਦੇ ਤਾਇਆ ਜੀ ਸਰਕਾਰੀ ਨੌਕਰ ਹੋ ਗਏ ਸੀ, ਔਰ ਸਰਕਾਰੀ ਨੌਕਰ ਹੋਣ ਦਾ ਮਤਲਬ ਹੈ ਕਿ ਤੁਸੀਂ ਲਾਇਲਿਸਟ ਹੋ,
ਤੋ ਉਹ ਉਹ ਆਪਣਾ ਲੋਇਲਟੀ ਦਾ ਪ੍ਰਚਾਰ ਇਹ ਸੀਗਾ ਕਿ ਵੀ ਉੱਥੇ ਜੀ ਲੋਕਾਂ ਨੇ ਬਲਵਾ ਕਰਤਾ, ਉੱਥੇ ਗੋਲੀ ਚਲਾਉਣੀ ਪਈ, 200 ਬੰਦੇ ਮਾਰੇ ਗਏ। ਤੁਹਾਨੂੰ ਹੈਰਾਨੀ ਹੋਏਗੀ ਕਿ ਉਸ ਯੁੱਗ ਵਿੱਚ ਗਾਂਧੀ ਨੂੰ ਅਸਲ ਕਹਾਣੀ ਜਿਹੜੀ ਹੈ ਉਹ 4 ਮਹੀਨੇ ਬਾਅਦ ਪਤਾ ਲੱਗੀ। ਉਹਦੇ ਤੱਕ ਮਤਲਬ ਪੰਜਾਬ ਤੋਂ ਬਾਹਰ ਖਬਰ ਨਹੀਂ ਜਾਣਦੀ ਕਿ ਕੀ ਹੋਇਆ। ਔਰ ਦੂਜੇ ਬੰਨੇ ਹੈ ਕਿ ਭਗਤ ਸਿੰਘ ਉਹਨਾਂ ਲੋਕਾਂ ਨੂੰ ਵੀ ਸੁਣ ਰਿਹਾ ਜਿਹੜੇ ਉੱਥੋਂ ਬਚ ਕੇ ਲਾਹੌਰ ਪਹੁੰਚੇ ਨੇ। ਅਤੇ ਮੈਂ ਕਿਹਾ ਭਗਤ ਸਿੰਘ ਨੂੰ ਬਾਬਾ ਜੀ ਨੇ ਇੱਕੋ ਗੱਲ ਕਹੀ ਸੀ ਜਿਹੜੀ ਅੱਜ ਦੇ ਨਿਆਣਿਆਂ ਨੂੰ ਵੀ ਸਮਝ ਆਉਂਦੀ ਕਿ ਕੋਈ ਗੱਲ ਸੁਣ ਕੇ ਨਹੀਂ ਮੰਨਣੀ, ਉਹਨੂੰ ਪਰਖ ਕੇ ਮੰਨੋ। ਔਰ ਉਹ ਪਰਖਣ ਵਾਸਤੇ 12 ਸਾਲ ਦਾ ਮੁੰਡਾ ਜਲਿਆਂਵਾਲੇ ਬਾਗ ਗਿਆ। ਔਰ ਉਹਦੇ ਤੋਂ ਔਰ ਜਿਹੜਾ ਪਹਿਲਾ ਮਾਰਸ਼ਲ ਲਾਅ ਦਾ ਆਰਡਰ ਸੀ ਉਹ ਤੁਹਾਨੂੰ ਪਤਾ ਕੀ ਸੀਗਾ ਕਿ ਵੀ ਤੁਸੀਂ ਇਹ ਲੰਗਰ ਨਹੀਂ ਲੱਗਣਾ, ਇਕੱਠੇ ਬਹਿ ਕੇ ਨਹੀਂ ਖਾਣਾ। ਮਤਲਬ ਲੰਗਰ ਜਿਹਨੇ ਲੋਕਾਂ 'ਚ ਏਕਤਾ ਲਿਆਂਦੀ ਉਹ ਉਹਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਲੱਗਾ ਉਹਨਾਂ, ਕਿਉਂਕਿ ਲੋਕ ਇਕੱਠੇ ਹੋ ਗਏ, ਏਕਤਾ ਬਣ ਗਈ ਧਰਮਾਂ ਤੋਂ ਜਾਤਾਂ ਤੋਂ, ਜਿਹੜਾ ਤੁਸੀਂ ਸਾਰਾ ਡਰਾਮਾ ਕਰ ਰਹੇ ਸੀ ਉਹਦੇ ਤੋਂ ਉੱਪਰ ਉੱਠ ਗਏ ਲੋਕ ਜੀ। ਔਰ ਉਹ ਤਾਕਤ ਹੈ ਬੜੀ ਵੱਡੀ ਜੀ। ਔਰ ਉਹਦੇ 'ਚ ਹੈ ਕਿ ਆਮ ਆਦਮੀ ਦੇ ਹੱਥ 'ਚ ਲਾਠੀ ਜਿਹੜੀ ਹੈ ਉਹ ਵੀ ਤਾਕਤ ਹੈ। ਉਹ ਵੀ ਇੱਕ ਉੱਥੇ ਹੋਇਆ ਕਿ ਇੱਕ ਮਤਲਬ ਮਜੇ ਮੈਨੇਜਰ ਸੀ ਅੰਗਰੇਜ਼, ਉਹ ਲੋਕਾਂ ਨੇ ਉਹਨੂੰ ਕਿਹਾ ਤੂੰ ਬੰਦ ਕਿਉਂ ਨਹੀਂ ਕੀਤਾ, ਕਿਉਂਕਿ ਪਹਿਲੀ 10 ਤਰੀਕ ਨੂੰ ਗੋਲੀ ਚੱਲੀ, 20 ਬੰਦੇ ਉਦੋਂ ਮਾਰੇ ਗਏ। ਅਤੇ ਉਹਦਾ ਬੰਦ ਉਹਨੇ ਪਿਸਤੌਲ ਕੱਢਿਆ ਗੋਲੀ ਮਾਰਤੀ, ਦੂਜੇ ਨੇ ਡਾਂਗ ਮਾਰ ਕੇ ਮਾਰਤਾ। ਦੂਜਾ ਮਾਰਸ਼ਲ ਲਾਅ ਦਾ ਆਰਡਰ ਸੀ ਵੀ ਡਾਂਗਾਂ ਸਾਰੀਆਂ ਜਿਹੜੀਆਂ ਨੇ ਇਹ ਬੜੀ ਖਤਰਨਾਕ ਹੈ, ਡਾਂਗਾ ਜ਼ਬਤ ਕਰ ਲਓ। ਤੁਸੀਂ ਇਹ ਦੇਖੋ ਮਤਲਬ ਡਰਿਆ ਹੋਇਆ। ਉਹ ਉਹਦੇ ਤੋਂ ਭਗਤ ਸਿੰਘ ਉਹਨਾਂ ਨੇ ਲੱਗਾ ਕਿ 1924 'ਚ, ਕਿਉਂਕਿ ਉਹ ਤੋਂ ਬਾਅਦ ਪੂਰੇ ਦੰਗੇ ਹੋਏ, ਬੜੇ ਭਾਰੇ ਦੰਗੇ ਹੋਏ, ਕਿਉਂਕਿ ਗਾਂਧੀ ਨੂੰ ਫੜ ਕੇ ਜੇਲ੍ਹ 'ਚ ਦੇ ਦਿੱਤਾ, ਜਿਹੜੀ ਮੂਵਮੈਂਟ ਆ ਉਹ ਬਿਖਰ ਗਈ, ਔਰ ਉੱਧਰ ਦੰਗੇ ਕਰਵਾਏ। ਔਰ ਉਹਦੇ 'ਚ ਮੋਤੀ ਲਾਲ ਨਹਿਰੂ ਇਹ ਲਿਖਦਾ ਕਿ ਸਾਡੀ ਬਦਕਿਸਮਤੀ ਹੈ ਕਿ ਸਾਡੇ ਪਿੰਡਾਂ ਵਿੱਚ ਕਦੀ ਲੋਕ ਧਰਮ ਦੇ ਨਾਂ 'ਤੇ ਨਹੀਂ ਸੀ ਲੜੇ, ਇਹਨਾਂ ਨੇ ਹੁਣ ਬਿਮਾਰੀ ਉੱਥੋਂ ਤੱਕ ਪਹੁੰਚਾ ਦਿੱਤੀ। ਹੁਣ ਜਿਵੇਂ ਹੀ ਉਹ 1924 ਗਾਂਧੀ ਨੂੰ ਛੱਡਿਆ, ਫਿਰ ਡਿਬੇਟ ਸ਼ੁਰੂ ਹੋਈ। ਔਰ ਭਗਤ ਸਿੰਘ ਉਹਨਾਂ ਦੇ ਸਾਥੀ ਉਹਨਾਂ ਨੂੰ ਕਹਿ ਰਹੇ ਵੀ ਆਪਾਂ ਨਾ ਜਿਹੜਾ ਰੂਸ ਤੋਂ ਸਿੱਖਿਆ ਕਿ ਆਪਾਂ ਵਰਕਰਸ ਅਤੇ ਕਿਸਾਨਾਂ ਨੂੰ ਇਕੱਠੇ ਕਰੀਏ, ਉਹ ਕਹਿੰਦੇ ਨਹੀਂ, ਉਹ ਤੋਂ ਪਹਿਲਾਂ ਇਹ ਕੰਮ ਕਰਨ ਵਾਲਾ ਕਿ ਜਿਹੜੀਆਂ ਸਾਡੀਆਂ ਕਮਜ਼ੋਰੀਆਂ ਨੇ ਉਹਦੇ ਉਹਨਾਂ ਨੂੰ ਆਪਾਂ ਨੌਜਵਾਨਾਂ ਦੇ ਦਿਮਾਗ 'ਚ ਦੂਰ ਕਰੀਏ, ਤਾਂ ਆਪਾਂ ਤਕੜੇ ਹੋ ਸਕਦੇ ਹਾਂ। ਔਰ ਉਹ ਕਮਜ਼ੋਰੀਆਂ ਕੀ ਨੇ, ਇਹ ਧਰਮ ਦਾ ਜਨੂਨ ਨਹੀਂ ਹੋਣਾ ਚਾਹੀਦਾ। ਤੁਸੀਂ ਧਰਮ ਵਾਲਾ ਸਵਾਲ ਪੁੱਛਿਆ ਸੀ, ਭਗਤ ਸਿੰਘ ਦਾ ਇੱਕ ਹੋਰ ਆਰਟੀਕਲ ਹੈ ਕਿ ਜਦੋਂ ਪਬਲਿਕ ਵਿੱਚ, ਕਿਉਂਕਿ ਉਹਦਾ ਆਰਟੀਕਲ ਦਾ ਨਾਂ ਹੀ ਹੈ ਆਜ਼ਾਦੀ ਦੀ ਲੜਾਈ ਅਤੇ ਮਜ਼ਹਬ ਦਾ ਸਵਾਲ, ਕਿ ਲੀਓ ਟੌਲਸਟਾਏ ਨੇ ਤੁਹਾਨੂੰ ਬਹੁਤ ਚੰਗਾ ਸਮਝਾਇਆ ਕਿ ਧਰਮ ਦੀਆਂ 3 ਪੜਤਾਂ ਹੁੰਦੀਆਂ ਨੇ। ਇੱਕ ਹੈ ਉਹਦੀ ਫਿਲੋਸਫੀਕਲ ਪੜਤ, ਜਿਹੜੀ ਚੀਜ਼ਾਂ ਨੂੰ ਅਸੀਂ ਮਤਲਬ ਸਮਝ ਨਹੀਂ ਸਕਦੇ ਉਹਦੇ ਲਈ ਕੋਈ ਮਾਡਲ ਤਿਆਰ ਕਰਦੇ ਹਾਂ, ਉਹਦੇ ਮੁਤਾਬਕ ਸਮਝਾਉਂਦੇ ਹਾਂ, ਮਤਲਬ ਉਹਦੇ ਉੱਤੇ ਲੋਕਾਂ ਨੂੰ, ਆਮ ਲੋਕਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਤੁਸੀਂ ਕਿਹੜੀ ਫਿਲਾਸਫੀ ਤੋਂ ਕੀ ਗੱਲ ਲਿਆ ਰਹੇ। ਲੇਕਿਨ ਕੋਰ ਜਿਹੜੀ ਹੈ ਧਰਮ ਦੀ ਉਹ ਉਹ ਇਨਸਾਨੀਅਤ ਕੀ ਕਦਰਾਂ ਕੀਮਤਾਂ ਨੇ, ਪਿਆਰ। ਹੁਣ ਕਬੀਰ ਅਤੇ ਇਹਨੇ ਇੱਕ ਦੋਵੇਂ 'ਚ ਹੀ ਕਹਿ ਜਾਂਦਾ ਨਾ ਕਿ ਜਿਹਨੇ 2.5 ਅੱਖਰ ਪਿਆਰ ਦੇ ਨਹੀਂ ਸਿੱਖੇ ਉਹ ਉਹ ਉਹਨੇ ਕੀ ਪਾਇਆ। ਗੁਰੂ ਨਾਨਕ ਇਸ ਹੱਦ ਤੱਕ ਕਹਿ ਜਾਂਦੇ ਨੇ ਵੀ ਜੇ ਤਾਂ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮਿਲ ਜਾਓ, ਕਿ ਬੇਖੌਫ ਹੋ ਗਿਆ ਪ੍ਰੇਮ ਜਿਹੜਾ ਹੈ ਉਹ ਉਹ ਤੁਹਾਨੂੰ ਕੰਮ ਕਰਾਉਂਦਾ। ਤੋ ਇਹ ਇਹ ਜਿਹੜਾ ਮਤਲਬ ਔਰ ਉਹਦੇ 'ਚ ਹਮਦਰਦੀ, ਜਦੋਂ ਇਹ ਧਰਮ ਦਾ ਇਹ ਕਹਿੰਦਾ ਵੀ ਭਾਈ ਮੇਰੇ ਨਾਲ ਦਾ ਗੁਆਂਢੀ ਭੁੱਖਾ ਨਹੀਂ ਸੌਣਾ ਚਾਹੀਦਾ, ਤੁਸੀਂ ਉਹ ਉਹ ਤੁਹਾਡਾ ਧਰਮ ਹੈ। ਪਰ ਉਹ ਕਹਿੰਦੇ ਲੜਾਈ ਦਾ ਕਾਰਨ ਕੀ ਹੈ, ਜਿੱਥੇ ਉਹ ਰਿਚੁਅਲਿਜ਼ਮ 'ਚ ਆ ਜਾਂਦਾ, ਮਤਲਬ ਅਸੀਂ ਮਤਲਬ ਵਖਰੇਵੇਂ 'ਚ ਜ਼ਿਆਦਾ ਜ਼ੋਰ ਦਿੰਦੇ ਹਾਂ। ਇਹ ਹਿਊਮਨ ਕੋਰ ਨੂੰ, ਜੇ ਹਿਊਮਨ ਕੋਰ ਨੂੰ ਰੱਖੀਏ ਤਾਂ ਧਰਮ ਮਤਲਬ ਸਮਾਜ ਨੂੰ ਇਕੱਠਿਆਂ ਕਪੋਰ ਦਾ ਅੱਗੇ ਵਧਾਉਂਦਾ। ਇਹ ਭਗਤ ਸਿੰਘ ਦਾ ਇੱਕ ਆਰਟੀਕਲ ਹੈ। ਦੂਜੇ ਬੰਨੇ ਇਹ ਹੈ ਕਿ ਵੀ ਮੈਂ ਆਪਣੇ ਆਪ 'ਚ ਯਕੀਨ ਪੈਦਾ ਕੀਤਾ, ਹੁਣ ਮੈਨੂੰ ਰੱਬ ਵੀ ਡੰਗੋਰੀ ਲੱਗਦਾ, ਇਹ ਤੋਂ ਮੈਂ ਜੇ ਨਾ ਛੁਟਕਾਰਾ ਪਾਇਆ ਤਾਂ ਮੈਂ ਆਪਣੀ ਸਮੱਸਿਆਵਾਂ ਨੂੰ ਸਿੱਧਾ ਹੋ ਕੇ ਨਹੀਂ ਦੇਖ ਸਕਦਾ। ਤੋ ਇਹ ਇਹਦੇ ਤੋਂ ਨਾ ਕਿ ਜਨੂੰਨ ਤੋਂ ਨੌਜਵਾਨ ਮੁਕਤ ਹੋਣ,
ਦੂਜਾ ਉਹਨਾਂ ਕਿਹਾ ਕਿ ਜਾਤ ਪਾਤ ਤੋਂ ਮੁਕਤ ਹੋਣ। ਹੁਣ ਜਾਤ ਤਾਂ ਉਹਨਾਂ ਦਾ ਕਿਹਾ ਵੀ ਅਸੀਂ ਨੌਜਵਾਨ ਭਾਰਤ ਸਭਾ ਵਿੱਚ, ਔਰ ਇਹ ਵੀ ਬੜਾ ਇੰਟਰਸਟਿੰਗ ਕਿਉਂਕਿ ਨੌਜਵਾਨ ਭਾਰਤ ਸਭਾ ਨੂੰ ਜਦੋਂ ਸ਼ੁਰੂ ਕੀਤਾ ਤਾਂ ਉਹ ਲੰਗਰ ਨਾਲ ਸ਼ੁਰੂ ਕੀਤਾ ਵੀ ਸਾਰੇ ਇਕੱਠੇ ਬਹਿ ਕੇ ਖਾਣਗੇ, ਔਰ ਉਹ ਲੰਗਰ ਦਾ ਉਦਘਾਟਨ ਡਾਕਟਰ ਸੈਫੂਦੀਨ ਕਿਚਲ ਹੋਣਾ ਨੇ ਕੀਤਾ, ਜਿਹੜੇ ਜਲਿਆਂਵਾਲੇ ਬਾਗ ਦੇ ਉਸ ਮੂਵਮੈਂਟ ਦੇ ਵੱਡੇ ਲੀਡਰਾਂ 'ਚ ਸੀ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਇਹ ਜਾਤ ਪਾਤ ਹੈ ਇਹ ਸਾਡੇ ਉੱਤੇ ਸਭ ਤੋਂ ਵੱਡਾ ਸ਼ਰਾਪ ਹੈ, ਸਾਡੀ ਕਮਜ਼ੋਰੀ ਹੈ, ਇਹ ਤੋਂ ਮੁਕਤ ਹੋਣ ਦਾ ਉਹਨਾਂ ਕਿਹਾ ਵੀ ਅਸੀਂ ਕੀ ਕਰਦੇ ਹਾਂ। ਉਹਨਾਂ ਨੇ ਇੱਕ ਹੋਰ ਆਰਟੀਕਲ 'ਚ ਲਿਖਿਆ ਕਿ ਅਸੀਂ ਉਹਨਾਂ ਤੋਂ ਮੁਆਫ਼ੀ ਮੰਗਦੇ ਹਾਂ, ਸਾਡੇ ਬਜ਼ੁਰਗਾਂ ਨੇ ਤੁਹਾਡੇ ਬਜ਼ੁਰਗਾਂ 'ਤੇ ਜ਼ੁਲਮ ਕੀਤਾ, ਇਹ ਅਸੀਂ ਮੰਨਣਾ ਹੈ, ਲੇਕਿਨ ਹੁਣ ਆਓ ਆਪਾਂ ਇਕੱਠੇ ਹੋ ਕੇ ਜਿਹੜਾ ਵੱਡਾ ਜ਼ੁਲਮ ਹੈ ਇਹਦੇ ਨਾਲ ਲੜੀਏ। ਤਾਂ ਇਹ ਉਹਨਾਂ ਨੇ, ਔਰ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਵੀ ਉਹਦਾ ਇੱਕ ਬਹੁਤ ਹੀ ਜਿਹੜਾ ਡਰਾਮੈਟਿਕ ਔਰ ਰੀਅਲ ਫਾਰਕ ਦਿਖਾਉਣ ਲਈ ਨਹੀਂ ਸੀਗਾ, ਕਿਉਂਕਿ ਜੇਲ੍ਹ ਦੀ ਕੋਠੜੀ ਵਿੱਚ ਮਲ ਮੂਤਰ ਅੰਦਰ ਹੀ ਕਰਨਾ ਹੁੰਦਾ, ਉਹਨੂੰ ਚੁੱਕਣ ਵਾਸਤੇ ਇੱਕ ਲੜਕਾ ਆਉਂਦਾ, ਉਹਦਾ ਨਾਮ ਬੋਗਾ ਹੈ, ਅਤੇ ਉਹ ਪਹਿਲੇ ਦਿਨ ਹੀ ਕਹਿੰਦੇ ਉਹ ਮੇਰੀ ਬੇਬੇ ਆ ਗਈ, ਉਹਨੂੰ ਜੱਫੀ ਪਾਉਂਦੇ ਨੇ, ਉਹ ਕਹਿੰਦਾ ਸਰਦਾਰ ਦੇਖੇ ਮੇਰੇ ਨਾਲ ਮਾਹੌਲ ਨਾ ਕਰ, ਉਹਨੂੰ ਇਹ ਲੱਗਦਾ ਕਿ ਐਵੇਂ ਮੇਰੇ ਨੂੰ ਮਜ਼ਾਕ ਕਰ ਰਿਹਾ, ਉਹ ਕਹਿੰਦਾ ਮੇਰੇ ਨਾਲ ਮਜ਼ਾਕ ਨਾ ਕਰ, ਮੇਰੇ ਨਾਲ ਤਾਂ ਜਿਹੜੇ ਹੋਰ ਫਾਂਸੀ ਲੱਗਣ ਵਾਲੇ ਨੇ ਉਹ ਮੈਂ ਇੱਧਰ ਕੋਨੇ ਹੁੰਦਾ, ਉਹ ਦੂਜੇ ਹੁੰਦਾ, ਕਿਤੇ ਪਰਛਾਵਾਂ ਨਾ ਪੈ ਜਾਏ, ਤੂੰ ਜੱਫੀ ਪਾਉਂਦਾ। ਮੈਂ ਇਮਾਨਦਾਰੀ ਨਾਲ ਕਹਿ ਰਿਹਾ ਕਿ ਮੈਂ ਮੇਰੇ ਜ਼ਿੰਦਗੀ ਵਿੱਚ ਦੋ ਬੰਦਿਆਂ ਨੇ ਮੇਰਾ ਮਲ ਮੂਤਰ ਚੁੱਕਿਆ, ਮੇਰੇ ਬਚਪਨ 'ਚ ਮੇਰੀ ਮਾਂ ਨੇ, ਉਹ ਮੈਂ ਉਹਨੂੰ ਬੇਬੇ ਕਹਿੰਦਾ, ਅਤੇ ਹੁਣ ਇਹ ਤੈਨੂੰ ਡਿਊਟੀ ਮਿਲੀ ਹੈ, ਇਸ ਰਿਸ਼ਤੇ 'ਚ ਤੂੰ ਮੇਰੀ ਬੇਬੇ। ਔਰ ਇਹ ਮਤਲਬ ਕਿ ਤੁਸੀਂ ਸਿਰਫ ਉਹ ਮਤਲਬ ਉਹ ਕਹਿੰਦੇ ਵੀ ਨੌਜਵਾਨਾਂ ਦੇ ਦਿਮਾਗ 'ਚੋਂ ਇਹ ਚੀਜ਼ ਨਿਕਲਣੀ ਚਾਹੀਦੀ। ਔਰ ਹੋਰ ਆਰਟੀਕਲ 'ਚ ਵੀ ਲਿਖਿਆ ਕਿ ਮਤਲਬ ਰੋਟੀ ਅਸੀਂ ਕਹਿੰਦੇ ਹਾਂ ਵੀ ਗੰਦਾ ਕੰਮ ਕਰਦੇ ਨੇ, ਪਰ ਕਹਿੰਦੇ ਮਾਂ ਵੀ ਉਹੀ ਕੰਮ ਕਰਕੇ ਹੱਥ ਮਾਂਜ ਕੇ ਫਿਰ ਉਹ ਰੋਟੀ ਪਕਾ ਸਕਦੀ ਹੈ, ਤੇ ਇਹ ਕਿਉਂ ਨਹੀਂ ਪਕਾ ਸਕਦਾ? ਇਸ ਕਰਕੇ ਆਖਿਰ ਤਾਂ ਉਹ ਜਿਹੜਾ ਸੀ ਵੀ ਧਰਮ ਦਾ ਜਨੂੰਨ ਤੋਂ ਮੁਕਤ ਹੋਵੋ, ਜਾਤ ਪਾਤ ਤੋਂ ਮੁਕਤ ਹੋਵੋ। ਤੀਸਰੀ ਗੱਲ ਉਹਨਾਂ ਨੇ ਕਹੀ ਕਿ ਜਦੋਂ ਤੱਕ ਲਿੰਗ ਭੇਦ ਖਤਮ ਨਹੀਂ ਹੁੰਦਾ, ਜਦੋਂ ਤੱਕ ਲੜਕੇ ਲੜਕੀਆਂ ਤਨਦੇਹੀ ਨਾਲ ਬਰਾਬਰੀ 'ਚ ਹਿੱਸੇਦਾਰ ਨਹੀਂ ਹੁੰਦੀਆਂ, ਉਹਨਾਂ 'ਚ ਸਾਡਾ ਆਜ਼ਾਦੀ ਦਾ ਯੁੱਗ ਸ਼ੁਰੂ ਨਹੀਂ ਹੋ ਸਕਦਾ। ਮਤਲਬ ਉਹ ਚੌਥਾ ਜਿਹੜਾ ਉਹ ਬਹੁਤ ਇੰਟਰਸਟਿੰਗ ਹੈ ਕਿ ਵੀ ਨੌਜਵਾਨਾਂ ਨੂੰ ਹਰ ਚੀਜ਼ ਦਾ ਕਾਰਨ ਸਮਝਣ ਦੇ ਕਾਬਲ ਹੋਣਾ ਚਾਹੀਦਾ। ਜਦੋਂ ਮੈਂ ਵਿਚਾਰਿਆ ਵੀ ਸਾਇੰਸ ਤਾਂ ਇਹੀ ਹੈ ਨਾ ਜੀ, ਬਿਲਕੁਲ ਸਾਇੰਸ। ਤਾਂ ਉਹਨਾਂ ਨੇ ਕਿਹਾ ਕਿ ਹਰ ਬੰਦੇ ਨੂੰ, ਔਰ ਲਾਹੌਰ ਬਹੁਤ ਵੱਡਾ ਵਿਗਿਆਨਕ ਕੇਂਦਰ ਸੀ ਉਸ ਵੇਲੇ, ਸਾਡੇ 4 ਨੋਬਲ ਪ੍ਰਾਈਜ਼ ਵਿਨਰ ਲਾਹੌਰ ਦੇ ਨੇ, 6 ਕਲਕੱਤੇ ਦੇ ਨੇ, 2 ਸੈਂਟਰ ਸੀ ਜਿੱਥੇ ਸਾਇੰਸ ਵੀ ਨਾਲ ਪੜ੍ਹੀ ਆਜ਼ਾਦੀ ਦੇ, ਅਸੀਂ ਕਦੀ ਉਹਦਾ ਕਰੀਏ। ਤਾਂ ਇਹ ਉਹ ਪੰਜਵਾਂ ਉਹਨਾਂ ਨੇ ਕਿਹਾ ਕਿ ਵੀ ਅੰਗਰੇਜ਼ ਰਾਜ ਬਦਲਣਾ ਕਿਉਂ ਆ ਸੀ, ਕੀ ਮਜਬੂਰੀ ਹੈ? ਉਹ ਕਹਿੰਦੇ ਇਹਨੇ ਨਾ ਬਰਾਬਰੀ ਬਹੁਤ ਪੈਦਾ ਕਰਤੀ ਹੈ। ਔਰ ਉਹਦਾ ਨੌਜਵਾਨ ਭਾਰਤ ਸਾਹਿਬ ਦੇ ਮੈਨੀਫੈਸਟੋ 'ਚ ਲਿਖਦੇ ਵੀ ਸਾਡਾ ਸਵਰਾਜ ਜਿਹੜਾ ਹੈ ਉਹ 98% ਲੋਕਾਂ ਲਈ ਹੋਊਗਾ, 98% ਲੋਕਾਂ ਦੀ ਹਿੱਸੇਦਾਰੀ ਨਾਲ ਹੋਏਗਾ। ਜਿੰਨਾ ਚਿਰ ਲੋਕਾਂ ਦੀ ਹਿੱਸੇਦਾਰੀ ਨਹੀਂ ਬਣਦੀ, ਉਹ ਫੈਸਲਾ ਲੈਣ ਦੇ ਵਿੱਚ ਮਤਲਬ ਐਕਟਿਵਲੀ ਪਾਰਟੀਸਪੇਟ ਨਹੀਂ ਕਰਦੇ, ਤਾਂ ਉਹਨਾਂ ਚਿਰ ਤੱਕ ਨਹੀਂ ਹੋ ਸਕਦਾ। ਤੋ ਇਸ ਕਰਕੇ ਮੈਂ ਸਮਝਦਾ ਕਿ ਇਹ 5 ਅਸੂਲਾਂ ਦੇ ਉੱਤੇ ਉਹਨਾਂ ਨੇ ਖੜਾ ਕੀਤਾ। ਔਰ ਇਹ ਦੇਖੋ ਕਿ ਉਹ ਵਕਤ 1924 ਦਾ ਮਤਲਬ ਇੱਕ ਬੜਾ ਰੈਵੋਲਿਊਸ਼ਨਰੀ ਟਾਈਮ ਹੈ, ਕਿਉਂਕਿ ਮੂਵਮੈਂਟਸ ਵੱਧਦੀਆਂ ਘੱਟਦੀਆਂ ਨੇ, ਅੰਗਰੇਜ਼ ਰਾਜ ਨੇ ਲੋਕਾਂ 'ਚ ਪਾੜੇ ਪਾਏ, ਲੇਕਿਨ ਦੂਜੇ ਬੰਨੇ ਹੈ ਕਿ ਵੀ ਲੋਕ ਆਪਣੇ ਆਪ 'ਚ ਬਾਬਾ ਸਾਹਿਬ ਅੰਬੇਦਕਰ 1924 ਵਿੱਚ ਹੀ ਮਤਲਬ ਐਜੂਕੇਸ਼ਨ ਫਾਰ ਡਿਪਰੈਸਡ ਕਲਾਸਿਸ ਦਾ ਕਰਦੇ ਨੇ। ਔਰ ਮੈਂ ਕਿਹਾ ਉਹਨਾਂ ਦੀ ਇੱਕ ਲਫ਼ਜ਼ ਮੈਨੂੰ ਬਹੁਤ ਹੀ ਪਿਆਰਾ ਲੱਗਦਾ ਕਿ ਵੀ ਮੇਰੇ ਬੰਦਿਆਂ ਨੂੰ ਮਤਲਬ ਤਾਂ ਵਿਸ਼ਵਾਸ ਆਪਣੇ ਆਪ 'ਚ ਪੈਦਾ ਕਰ ਸਕਣਗੇ ਜੇ ਇਹਨਾਂ ਨੂੰ ਸ਼ੇਰਨੀ ਦਾ ਦੁੱਧ, ਜਿਹੜਾ ਸ਼ੇਰਨੀ ਦਾ ਦੁੱਧ ਪੀਏਗਾ ਉਹੀ ਦਿਹਾੜੇਗਾ। ਤੋ ਇਸ ਕਰਕੇ ਐਜੂਕੇਸ਼ਨ ਜਿਹੜੀ ਹੈ ਉਹ ਉਹਨਾਂ ਨੂੰ, ਔਰ ਉਹ ਅੰਗਰੇਜ਼ ਤੋਂ ਵੀ ਇਹੀ ਮੰਗਦੇ ਨੇ। ਸਾਈਮਨ ਕਮਿਸ਼ਨ ਵਿੱਚ ਵੀ ਉਹਨਾਂ ਦਾ ਹੈ ਕਿ ਤੁਸੀਂ ਸਾਡੇ ਨਾਲ ਧੋਖਾ ਕੀਤਾ, ਤੁਸੀਂ ਸਾਡੇ ਮੇਰੇ ਬੰਦਿਆਂ ਨੂੰ ਐਜੂਕੇਸ਼ਨ ਨਹੀਂ ਦਿੱਤੀ ਜਿਹੜੀ ਸੀਗੀ, ਉਹ ਤੁਸੀਂ ਪ੍ਰਾਈਵੇਟ ਵਾਲਿਆਂ ਨੂੰ ਕਹਿਤਾ, ਤੋ ਇਸ ਕਰਕੇ ਤੁਸੀਂ ਜ਼ਿੰਮੇਵਾਰੀ ਨਹੀਂ ਨਿਭਾਈ, ਇਹੀ ਉਹਨਾਂ ਦਾ ਉਹਨਾਂ ਦੇ ਉੱਤੇ ਸ਼ਿਕਵਾ ਹੈਗਾ। ਤੋ ਜਿਹੜਾ ਉਸੇ ਵੇਲੇ
ਮਤਲਬ ਪੈਰੀਅਰ ਤਾਮਿਲਨਾਡੂ ਵਿੱਚ, ਪੈਰੀਅਰ ਈਵੀ ਰਾਮਾਸਵਾਮੀ ਜੀ, ਔਰ ਉਹ ਇਹ ਛੱਡ ਕੇ, ਕਿਉਂਕਿ ਵੀ ਗਾਂਧੀ ਦੇ ਨਾਲ ਸੀ, ਲੇਕਿਨ ਉਹਨੇ ਦੇਖਿਆ ਕਿ ਵੀ ਇੱਥੇ ਤਾਂ ਬੜਾ ਜਾਤ ਪਾਤ ਦਾ ਹੈਗਾ, ਕਿਉਂਕਿ ਉਹਨੂੰ ਰੋਟੀ ਵੀ ਨਹੀਂ ਸੀ ਖਾਣ ਦਿੰਦੇ। ਉਹ ਐਕਚੁਅਲੀ ਪੜ੍ਹਨ ਆਇਆ ਸੀਗਾ ਬਨਾਰਸ, ਲੇਕਿਨ ਉਹਨੂੰ ਉਹ ਕਹਿੰਦਾ ਮੈਂ ਪੰਡਿਤ ਬਣ ਕੇ ਗਿਆ, ਮੇਰੀਆਂ ਮੁੱਛਾਂ ਦੇਖ ਕੇ ਕਹਿੰਦਾ ਵੀ ਨਹੀਂ ਤੂੰ ਪੰਡਿਤ। ਤਾਂ ਉਹ ਛੱਡ ਕੇ ਉਹਨੇ ਫਿਰ ਉਹ ਸੈਲਫ ਰਿਸਪੈਕਟ ਮੂਵਮੈਂਟ ਚਲਾਈ ਵੀ ਆਪਣੇ ਆਪ ਵਿੱਚ ਤੁਸੀਂ ਘਰ ਤੋਂ ਸ਼ੁਰੂ ਕਰੋ ਕਿ ਤੁਸੀਂ ਆਪਣੇ ਆਪ 'ਚ ਯਕੀਨ ਪੈਦਾ ਕਰਨਾ। ਤਾਂ ਉਹ ਇਨਕਲਾਬੀ ਮੂਵਮੈਂਟਸ ਜਿਹੜੀਆਂ ਨੇ, ਔਰ ਉਦੋਂ ਹੀ ਨਾਰਾਇਣ ਗੁਰੂ ਨੇ, ਜਿਨ੍ਹਾਂ ਦੀ ਕੇਰਲਾ ਦੀ ਸਾਰਾ ਜਿਹੜਾ ਸਮਝਦਾਰੀ ਅੱਜ ਹੈਗੀ ਹੈ, ਉਹ ਉਹਦਾ ਬੇਸ ਉਹਦੇ ਕੋਲ ਹੈ, ਉਹਨਾਂ ਨੇ ਵੀ ਇਹ ਮੂਵਮੈਂਟ ਚਲਾਈ। 1924 'ਚ ਇੱਕ ਬੰਨੇ ਇਹ ਮੂਵਮੈਂਟ ਚੱਲ ਰਹੀਆਂ ਸੀ ਜਿਹੜੀਆਂ ਸਮਾਜ ਨੂੰ ਅੱਗੇ ਵਧਾਉਣ ਵਾਲੀਆਂ, 1925 'ਚ RSS ਆਉਂਦੀ ਹੈ। ਤਾਂ ਮੈਂ ਕਹਿੰਦਾ ਅੱਜ ਆਪਾਂ ਇਤਿਹਾਸ ਦੇਖੀਏ ਕਿ ਇਹੀ ਦੋਨੋਂ ਤਾਕਤਾਂ ਜਿਹੜੀਆਂ ਸਮਾਜ ਨੂੰ ਸਵੈਭਰ ਕਰਨ ਵਾਲੀਆਂ ਨੇ, ਜਿਹੜੀਆਂ ਸਮਾਜ ਨੂੰ ਇੱਕ ਮਿਥ ਵਿੱਚ ਅਤੇ ਅਲੂਜਨ 'ਚ ਕ੍ਰੀਏਟ ਕਰਕੇ ਮਤਲਬ ਕਰ ਰਹੀਆਂ ਨੇ, ਉਹਨਾਂ ਦਾ ਹੀ ਟਕਰਾਅ ਹੈ। ਤੋ ਇਹ 100 ਸਾਲ ਦਾ ਇੱਕ ਗੇੜ ਵੀ ਗਿਣਿਆ ਜਾਂਦਾ ਮਤਲਬ ਹਿਸਟੋਰੀਕਲ ਸਾਇੰਸ ਵਿੱਚ, ਕਿ ਚੀਜ਼ਾਂ ਜਿਹੜੀਆਂ ਨੇ ਉਹ ਰਿਪੀਟ ਕਰਦੀਆਂ ਨੇ, ਨਾਟ ਐਜ ਸੱਚ। ਮਤਲਬ ਉਹਦੇ 'ਤੇ ਕਿਸੇ ਨੇ ਕਿਹਾ ਸੀ ਵੀ ਪਹਿਲੀ ਵਾਰੀ ਉਹ ਐਕਚੁਅਲ ਹੁੰਦੀ ਹੈ, ਦੂਜੀ ਵਾਰੀ ਉਹਦਾ ਇੱਕ ਭਰਮ ਪੈਦਾ ਹੁੰਦਾ, ਪਰ ਇਹ ਅਸਲ ਗੱਲ ਹੈ ਜਿਹੜੀ ਅੱਜ ਵੀ ਮਤਲਬ ਹੈ। ਤੋ ਉਹ ਜਿਹੜਾ ਭਗਤ ਸਿੰਘ ਉਹਨਾਂ ਦਾ ਸਮਝ ਕੇ ਚੀਜ਼ਾਂ ਨੂੰ ਲਾਗੂ ਕਰਨ ਦਾ, ਮਤਲਬ ਉਹ ਉਹਦੀ ਕੈਪੇਬਿਲਿਟੀ ਉਹਨਾਂ ਨੇ ਵਧਾਈ, ਆਪਣੇ ਸਾਥੀਆਂ ਦੀ ਵੀ ਵਧਾਈ। ਔਰ ਉਹਦੇ ਕਰਕੇ ਹੀ ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਜੋ ਅੱਜ ਭਗਤ ਸਿੰਘ ਆਪਣੇ ਕੋਲ ਹੈ ਉਹ ਨੌਜਵਾਨ ਭਾਰਤ ਸਭਾ ਕਰਕੇ ਹੈ ਜੀ। ਔਰ ਉਹਦਾ ਇੰਨਾ ਵਸਾਰਾ ਹੋਇਆ, ਇੰਨਾ ਫਲਾਰਾ ਹੋਇਆ ਕਿ ਪੂਰੇ ਹਿੰਦੁਸਤਾਨ ਵਿੱਚ ਹਰ ਜਗ੍ਹਾ ਨੌਜਵਾਨ ਭਾਰਤ ਸਭਾ ਜੀ, ਔਰ ਅੰਗਰੇਜ਼ਾਂ ਨੂੰ ਉਹਨੂੰ ਬੈਨ ਕਰਨਾ ਪਿਆ ਜੀ, ਔਰ ਸੁਭਾਸ਼ ਨੂੰ ਮੁੜ ਕੇ ਕਾਂਗਰਸ ਦਾ ਪ੍ਰੈਜੀਡੈਂਟ ਬਣਾਉਣ ਵਾਲੇ ਵੀ ਨੌਜਵਾਨ ਭਾਰਤ। ਮੈਂ ਇੱਕ ਚੀਜ਼ ਤੁਹਾਡੇ ਕੋਲ ਜਾਣਨਾ ਚਾਹੂੰਗਾ, ਕਈ ਜਗ੍ਹਾ ਅਸੀਂ ਕਈ ਫਿਲਮਾਂ 'ਚ ਵੀ ਵੇਖਿਆ ਅਤੇ ਕਈ ਗੱਲਾਂ ਕਰਦੇ ਨੇ ਸੱਜਣ ਵੀ, ਹੈ ਨਾ, ਕਿ ਜੇ ਗਾਂਧੀ ਚਾਹੁੰਦੇ ਤਾਂ ਸ਼ਹੀਦ ਆਜ਼ਮ ਦੀ ਫਾਂਸੀ ਜਿਹੜੀ ਸੀ ਉਹ ਰੋਕ ਸਕਦੇ ਸੀ, ਕੀ ਕਹਿਣਾ ਤੁਹਾਡਾ? ਜੀ ਦੇਖੋ, ਮੈਂ ਇਹ ਸਮਝਦਾ ਕਿ ਇਹ ਇੱਕ ਮਤਲਬ ਉਦੋਂ ਐਕਸਪੈਕਟੇਸ਼ਨ, ਕਿਉਂਕਿ ਲੋਕ ਭਗਤ ਸਿੰਘ ਨਾਲ ਪਿਆਰ ਲੋਕਾਂ ਦਾ ਇੰਨਾ ਜ਼ਿਆਦਾ ਵੱਧ ਗਿਆ ਸੀ, ਔਰ ਉਹਨਾਂ ਦੀ ਜਿਹੜੀ ਲੰਬੀ ਭੁੱਖ ਹੜਤਾਲ ਹੈ ਉਹਨੇ ਐਕਚੁਅਲੀ ਲੋਕਾਂ ਵਿੱਚ ਸਭ ਤੋਂ ਜ਼ਿਆਦਾ ਚੇਤਨਤਾ ਪੈਦਾ ਕੀਤੀ। ਤਾਂ ਇੱਕ ਆਸ ਸੀਗੀ ਕਿ ਵੀ ਜੇ ਗੱਲਬਾਤ ਹੋਏਗੀ ਤਾਂ ਗਾਂਧੀ ਇਹਦੇ 'ਤੇ ਗੱਲ ਕਰਨਗੇ, ਮਤਲਬ ਜਿਹਦਾ ਇਹ ਹੈਗਾ ਕਿ ਲੇਕਿਨ ਗਾਂਧੀ ਕਹਿੰਦਾ ਵੀ ਮੇਰੇ ਕੋਲ ਤਾਕਤ ਕੀ ਹੈ, ਮਤਲਬ ਉਹਦੀ ਦਲੀਲ ਵੀ ਸੁਣਨ ਵਾਲੀ ਕਿ ਮੈਂ ਇਹਨੇ ਕੱਲ੍ਹ ਮੈਨੂੰ ਜੇਲ੍ਹ 'ਚੋਂ ਕੱਢਿਆ, ਹੁਣ ਕਹਿੰਦੇ ਗੱਲ ਕਰੋ, ਮਤਲਬ ਪੂਰਾ ਜਿਹੜਾ ਕਾਂਗਰਸ ਦਾ ਮਤਲਬ ਹੈ। ਇੱਕ ਹੈਗਾ ਕਿ ਤੁਸੀਂ ਇੰਨੀ ਤਕੜੀ ਤਰ੍ਹਾਂ ਖੜ੍ਹੇ ਹੋ ਜੰਗ ਵਿੱਚ, ਫਿਰ ਗੱਲ ਹੁੰਦੀ ਹੈ, ਫਿਰ ਤੁਹਾਡੇ ਮਗਰ ਤਾਕਤ ਹੈ। ਪਰ ਉਹ 'ਚ ਇਨਡਾਇਰੈਕਟਲੀ ਇਹ ਗੱਲਾਂ ਆਈਆਂ। ਜਿਹੜਾ ਮੈਨੂੰ ਸਭ ਤੋਂ ਜ਼ਿਆਦਾ ਲੱਗਦਾ ਕਿ ਸਭ ਤੋਂ ਜ਼ਿਆਦਾ ਜਿਹੜਾ ਵਿਚੋਲਾ ਸੀ ਉਹ ਤਾਂ ਮਤਲਬ ਮਾਲਵਈ ਸੀ, ਮਾਲਵੀ ਸੀ ਗੋਪਾਲ ਕ੍ਰਿਸ਼ਨ ਜਿਹੜੇ ਮਤਲਬ ਹੈਗੇ ਨੇ। ਅਤੇ ਮਾਲਵੀਆ ਹੁਣਾਂ ਨੇ ਇੱਕ ਵਾਰੀ ਤਾਂ ਕਿਹਾ ਕਿ ਵੀ ਇਹ ਬੜਾ ਖਤਰਨਾਕ ਕੰਮ ਹੈ, ਇਹਨੂੰ ਕਰੋ, ਲੇਕਿਨ ਬਾਅਦ 'ਚ ਫਾਲੋ ਨਹੀਂ ਕੀਤਾ। ਮਤਲਬ ਉਹ ਰੋਜ਼ ਮਿਲਦੇ ਨੇ, ਇੱਕ ਬੰਨੇ 'ਤੇ ਗਾਂਧੀ ਨਾਲ ਔਫੀਸ਼ੀਅਲ ਗੱਲਬਾਤ ਹੋ ਰਹੀ ਹੈ, ਲੇਕਿਨ ਅਨਔਫੀਸ਼ੀਅਲੀ ਮਤਲਬ ਮਦਨ ਮੋਹਨ ਮਾਲਵੀਆ ਜਿਹਨੂੰ ਅੱਜ ਕੱਲ੍ਹ ਬਹੁਤ ਹੀਰੋ ਬਣਾਇਆ ਜਾ ਰਿਹਾ, ਉਹ ਉਹਦੇ ਨਾਲ ਹਰ ਰੋਜ਼ ਮਿਲਦਾ ਹੈ, ਉਹ ਮਤਲਬ ਇਨਡਾਇਰੈਕਟਲੀ ਮਗਰੋਂ ਉਹ ਗੱਲਬਾਤ ਹੋ ਰਹੀ ਹੈ। ਉਹ ਇੱਕ ਵਾਰੀ ਉਹ ਰੇਜ਼ ਕਰਦੇ ਕਿਉਂਕਿ ਲੋਕਾਂ ਦੀ ਐਕਸਪੈਕਟੇਸ਼ਨ ਹੈ। ਦੂਜੇ ਬੰਨੇ ਇਹ ਹੈ ਕਿ ਵੀ ਜਿਹੜਾ ਗਾਂਧੀ ਨੇ 2 ਲੈਟਰ ਮੈਂ ਫੜੇ ਉਹਦੇ ਮਤਲਬ ਲੱਭੇ, ਇੱਕ ਤਾਂ ਕਿ ਜਦੋਂ ਇਹਨਾਂ ਨੇ ਉਹਨੂੰ ਇਹ ਸਮਝਿਆ ਕਿ ਵੀ ਹੁਣ ਭਗਤ ਸਿੰਘ ਨੂੰ ਨਿਬੇੜਨਾ, ਅਤੇ ਇਹਨਾਂ ਨੇ ਟ੍ਰਿਬਿਊਨਲ ਬਣਾਈ। ਟ੍ਰਿਬਿਊਨਲ ਆਪਣੇ ਆਪ ਵਿੱਚ ਜਿਹੜੀ ਸੀ ਉਹ ਇਲੀਗਲ ਸੀ, ਔਰ ਉਹਦੇ ਉੱਤੇ ਮੁਹੰਮਦ ਇਕਬਾਲ ਦੇ ਨਾਲ 5 ਹੋਰ ਵਕੀਲਾਂ ਨੇ ਜਿਹੜੇ ਸਾਡੇ
ਉਰਦੂ ਦੇ ਪੋਇਟ ਨੇ ਪੰਜਾਬੀ, ਉਹਨਾਂ ਨੇ ਇਹਦੇ ਉੱਤੇ ਫਤਵਾ ਦਿੱਤਾ ਕਿ ਇਹ ਤੁਸੀਂ ਗਲਤ ਕਰ ਰਹੇ। ਉਹ ਫਤਵਾ ਜਿਹੜਾ ਹੈ ਉਹ 4 ਮਈ ਨੂੰ, ਕਿਉਂਕਿ 1 ਮਈ ਨੂੰ ਟ੍ਰਿਬਿਊਨਲ ਬਣਦੀ ਹੈ, ਗਾਂਧੀ ਨੂੰ ਉਦੋਂ ਤੱਕ ਨਹੀਂ ਫੜਿਆ। ਔਰ ਵਾਇਸਰਾਏ ਕਹਿ ਰਿਹਾ ਕਿ ਗਾਂਧੀ ਨੂੰ ਅਸੀਂ 19 ਦੇਰ ਜੇਲ੍ਹ ਤੋਂ ਬਾਹਰ ਰੱਖਣਾ ਜਿੰਨੇ ਚਿਰ ਸਾਡਾ ਕੰਮ ਕਰਦਾ ਰਿਹਾ। ਉਹ ਕੰਮ ਕੀ ਸੀ ਵੀ ਸਾਰਾ ਫੋਕਸ ਜਿਹੜਾ ਉਹ ਭਗਤ ਸਿੰਘ ਤੋਂ ਹਟਾ ਕੇ ਮਤਲਬ ਕਾਂਗਰਸ ਮੂਵਮੈਂਟ 'ਤੇ ਕੀਤਾ ਜਾਵੇ। ਤੋ ਇੱਕ ਤਾਂ ਉਹ ਡਰਾਮਾ ਹੋ ਰਿਹਾ, ਜਿਹੜਾ ਤੀਜਾ ਬੰਦਾ ਸੀ ਉਹਨੂੰ ਛੱਡ ਦਿੰਦੇ ਵਿੱਚੋਂ, ਕਿਉਂਕਿ ਹੀ ਇਜ਼ ਪਲੇਇੰਗ ਗੇਮ, ਦੋਵਾਂ ਨੂੰ ਕਿਵੇਂ ਮਤਲਬ ਕਰਨਾ, ਵਨ ਇਜ਼ ਦਾ ਗੇਮ। ਅੱਛਾ, ਉਹਦੇ ਤੋਂ ਬਾਅਦ ਮਤਲਬ ਉਹ ਉਦੋਂ ਲਿਖਦੇ ਨੇ ਕਿ ਵੀ ਜਿਹੜਾ ਸਭ ਤੋਂ ਵੱਡਾ ਤੁਹਾਡੀ ਵਾਇਲੈਂਸ ਹੈ, ਮਤਲਬ ਉਹ ਇਹ ਹੈ ਐਡਮਿਨਿਸਟ੍ਰੇਟਿਵ ਵਾਇਲੈਂਸ, ਕਿ ਤੁਸੀਂ ਚੀਜ਼ ਇਨਸਾਫ ਨੂੰ ਮਤਲਬ ਲੋਕਾਂ ਤੱਕ ਨਹੀਂ ਦੇਣਾ ਚਾਹੁੰਦੇ, ਔਰ ਇਹ ਜਿਹੜਾ ਤੁਸੀਂ ਸ਼ਾਰਟਕੱਟ ਲੱਭ ਰਹੇ ਹੋ, ਤੋ ਇੱਕ ਮਤਲਬ ਘੱਟੋ ਘੱਟ ਇਜ਼ ਔਨ ਰਿਕਾਰਡ ਜੀ। ਦੂਜਾ ਜਿਹੜਾ ਹੈ ਕਿ ਮਤਲਬ ਸਾਰੀ ਗੱਲਬਾਤ ਤੋਂ ਬਾਅਦ 23 ਮਾਰਚ ਨੂੰ ਇੱਕ ਗਾਂਧੀ ਦਾ ਲੈਟਰ ਹੈ ਵਾਇਸਰਾਏ ਨੂੰ, ਕਿ ਵੀ ਮੈਨੂੰ ਇਹਨਾਂ ਨੌਜਵਾਨਾਂ ਨੇ ਇਹ ਸ਼ਾਦੀ ਦਿੱਤੀ ਹੈ ਕਿ ਵੀ ਇਹ ਅੱਗੇ ਤੋਂ ਮਤਲਬ ਵਾਇਲੈਂਟ ਮੀਨਸ ਨਹੀਂ ਵਰਤਣਗੇ, ਪਰ ਮੇਰਾ ਸ਼ੰਕਾ ਇਹ ਹੈ ਕਿ ਜੇ ਤੁਸੀਂ ਇਹਨਾਂ ਨੂੰ ਮੁੜ ਕੇ ਸੁਧਰਨ ਦਾ ਮੌਕਾ ਨਹੀਂ ਦਿੰਦੇ, ਫਾਂਸੀ ਦੇ ਦਿਓਗੇ ਤਾਂ ਉਹ ਮੌਕਾ ਗਵਾ ਦਿਓਗੇ, ਤੋ ਇਹ ਬਹੁਤ ਵੱਡਾ ਜ਼ੁਲਮ ਹੋਏਗਾ। ਉਹ ਚਿੱਠੀ ਜਿਹੜੀ ਹੈ ਉਹ 24 ਨੂੰ ਛਪਣੀ ਸੀ, ਉਹਦੀ ਬਜਾਏ ਭਗਤ ਸਿੰਘ ਨੂੰ 24 ਨੂੰ ਫਾਂਸੀ ਦੇ ਦਿੱਤੀ ਗਈ। ਮਤਲਬ ਗਾਂਧੀ ਦੇ ਉਹ ਚਿੱਠੀ ਦਾ ਜਵਾਬ ਉਹਨਾਂ ਨੇ ਦਿੱਤਾ ਕਿ 23 ਰਾਤ ਨੂੰ ਫਾਂਸੀ ਦੇ ਦਿਓ। ਤੋ ਮਤਲਬ ਇਹ ਚੀਜ਼ਾਂ ਨੂੰ ਜੇ ਤੁਸੀਂ ਡੀਪਲੀ ਦੇਖਦੇ ਹੋ, ਮਤਲਬ ਉਹ ਕਹਿ ਰਿਹਾ, ਮਤਲਬ ਬਾਅਦ ਵਿੱਚ ਵੀ ਗਾਂਧੀ ਕਹਿੰਦੇ ਮੈਂ ਆਪਣਾ ਸਾਰਾ ਜੋ ਵੱਧ ਤੋਂ ਵੱਧ ਆਰਗੂਮੈਂਟ ਸੀ ਉਹ ਉਹਦੇ 'ਚ ਪਾ ਦਿੱਤੀ ਸੀਗੀ ਉਸ ਲੈਟਰ 'ਚ। ਲੇਕਿਨ ਆਪਣੇ ਵੀ ਹੁੰਦਾ ਕਿ ਜੇ ਲੱਗੇ ਕਿ ਕੱਲ੍ਹ ਨੂੰ ਕੋਈ ਓਪੋਜੀਸ਼ਨ ਦੀ ਵੱਡੀ ਮੂਵਮੈਂਟ ਹੋਣ ਵਾਲੀ ਹੈ ਅਤੇ ਜਿਹੜਾ ਰੂਲਰ ਹੈ ਉਹ ਅੱਜ ਕੋਈ ਹੋਰ ਡਰਾਮਾ ਕਰ ਦੇਗਾ, ਕੱਲ੍ਹ ਦੀ ਅਖਬਾਰ 'ਚ ਉਹ ਹੈਡਲਾਈਨ ਬਣ ਜੂ, ਅਤੇ ਦੂਜਾ ਜਿਹੜਾ ਕਿ ਥੱਲੇ ਚਲਾ ਜਾਏਗਾ। ਤੋ ਜਿਹੜਾ ਅੰਗਰੇਜ਼ ਦੀ ਔਰ ਅੰਗਰੇਜ਼ ਦਾ ਇਹ ਕਹਿਣਾ ਕਿ ਅਸੀਂ ਗਾਂਧੀ ਨੂੰ ਮਤਲਬ ਵਾਇਸਰਾਏ ਲਿਖ ਰਿਹਾ, ਮੇਰੇ ਕੋਲ ਵੀ ਮੈਂ ਕਢਾਈ ਉਹ ਸੈਕਟਰ ਸਟੇਟ ਲਿਖ ਰਿਹਾ ਕਿ ਕੋਈ ਅਸੀਂ ਉਹਨਾਂ ਚਿਰ ਨੂੰ ਹੁਣ ਉਹ 1 ਮਈ ਤੱਕ ਉਹਨੂੰ ਬਾਹਰ ਰੱਖਦੇ, 4 ਮਈ ਤੱਕ ਰੱਖਦੇ, ਉਸ ਤੋਂ ਬਾਅਦ ਫੜ ਕੇ ਤੁਸੀਂ ਮਹੀਨਾ ਸਾਲ ਬੰਦ ਕਰ ਦਿਓ। ਤੋ ਇਹ ਇਸ ਕਰਕੇ ਮਤਲਬ ਇਹ ਸਾਡਾ ਮਤਲਬ ਭਗਤ ਸਿੰਘ ਦਾ ਆਪਣਾ ਕਹਿਣਾ, ਹੁਣ ਆਪਾਂ ਉਹਨਾਂ ਦੀ ਸੁਣ ਲੈਂਦੇ। ਉਹ ਕਹਿੰਦੇ ਵੀ ਮਤਲਬ ਉਹਨਾਂ ਦੇ ਆਖਰੀ ਸਾਥੀਆਂ ਨੇ ਭੇਜਿਆ ਕਿ ਵੀ ਜੇ ਹੁਣ ਵੀ ਕੋਈ ਛਡਾਉਣ ਦਾ ਇੰਤਜ਼ਾਮ ਹੋਵੇ ਤਾਂ ਤੇਰਾ ਕੀ ਪ੍ਰਭਾਵ ਹੋ। ਉਹ ਕਹਿੰਦੇ ਦੇਖੋ ਮੈਂ ਇਨਸਾਨ ਹਾਂ, ਇਨਸਾਨ ਖਾਹਿਸ਼ਾਂ ਨਾਲ ਜੀਂਦਾ, ਮੇਰੀਆਂ ਇਨਸਾਨੀਅਤ ਦੀ ਸੇਵਾ ਕਰਨ ਲਈਆਂ ਹਜ਼ਾਰਾਂ ਖਾਹਿਸ਼ਾਂ ਸਨ, ਸ਼ਾਇਦ ਉਹਦੇ 'ਚੋਂ ਕੋਈ 2-4 ਪੂਰੀਆਂ ਕਰ ਸਕਿਆ ਮੈਂ, ਵਕਤ ਰਹਿੰਦਾ ਤਾਂ ਹੋਰ ਜ਼ਿਆਦਾ ਕਰਦੇ, ਲੇਕਿਨ ਮੈਂ ਕਿਸੇ ਕੰਡੀਸ਼ਨ ਦੇ ਉੱਤੇ, ਕਿਸੇ ਮਤਲਬ ਕੰਡੀਸ਼ਨ 'ਤੇ ਨਹੀਂ ਜੀਣਾ ਚਾਹੁੰਦਾ, ਮੈਂ ਆਪਣੇ ਤੇ ਉੱਤੇ ਜੀਣਾ ਚਾਹੁੰਦਾ। ਔਰ ਇਸ ਕਰਕੇ ਲੇਕਿਨ ਦੂਜੇ ਬੰਨੇ ਹੈ ਕਿ ਜਿਹੜਾ ਲੋਕਾਂ ਦਾ ਆਖਰੀ ਭਰਮ ਹੈ ਕਿ ਅੰਗਰੇਜ਼ ਬਹੁਤ ਇਨਸਾਫ ਪਸੰਦ ਨੇ, ਜਿੱਦਣ ਲੋਕ ਇਹ ਕਹਿਣ ਕਿ ਵੀ ਇਨਸਾਫ ਨਹੀਂ ਹੋ ਰਿਹਾ ਮੇਰੇ ਨਾਲ, ਮੈਨੂੰ ਫਾਂਸੀ ਲਾਇਆ ਜਾਵੇ ਅਤੇ ਲੋਕਾਂ ਦਾ ਭਰਮ ਦੂਰ ਹੋ ਜਾਏਗਾ। ਮੇਰਾ ਇੱਕ ਜਿਹੜਾ ਮਤਲਬ ਗਾਂਧੀ ਦਾ ਰੋਲ ਹੈ, ਕਿਉਂਕਿ ਉਹਦੇ 'ਚ ਉਹਨੂੰ ਅੰਗਰੇਜ਼ ਅੱਗੇ ਬਣਾ ਰਹੇ ਨੇ, ਪਰ ਜਿਹੜੇ ਲੋਕ ਐਕਚੁਲੀ ਉਹਦੇ ਨਾਲ ਹੋਰ ਹੈਗੇ ਉਹਨਾਂ ਨੂੰ ਅੱਜ ਹੀਰੋ ਬਣਾਇਆ ਜਾ ਰਿਹਾ, ਮਦਨ ਮੋਹਨ ਮਾਲਵੀਆ ਨੂੰ, ਜਿਹੜਾ ਕਿ ਐਕਚੁਲੀ ਨੈਗੋਸ਼ੀਏਟਰ ਸੀਗਾ। ਪਰ ਉਹ ਜਿਹੜੀ ਸਮਝਣ ਵਾਲੀ ਗੱਲ ਹੈ ਕਿ ਵੀ ਜਿਹੜਾ ਤੀਜੀ ਧੇਰਾ ਹੈ, ਜੇ ਆਪਾਂ ਦੇਖੀਏ ਦੋ ਭਗਤ ਸਿੰਘ ਅਤੇ ਇੱਕ ਪਾਸੇ ਨੇ, ਉਹ ਆਜ਼ਾਦੀ ਦੀ ਗੱਲ ਕਰਦੇ ਨੇ, ਡਿਫਰੈਂਟ ਵੈਲਿਊਜ਼, ਔਰ ਉਹਦਾ ਅਸਰ ਵੀ ਹੋਇਆ। ਦੂਜੇ ਬੰਨੇ ਹੈਗਾ ਕਿ ਮਤਲਬ ਜਿਹੜਾ ਗੇਮ ਖਿਡਾ ਰਿਹਾ ਉਹਨੂੰ ਅਸੀਂ ਬਰੀ ਕਰ ਦਿੰਦੇ ਹਾਂ। ਸਾਡੀ ਜਿਹੜੀ ਮੈਂ ਸਮਝਦਾ ਅਨੈਲਿਸਿਸ ਦੀ ਪ੍ਰੋਬਲਮ ਇਹ ਹੈ ਕਿ ਵੀ ਅੰਗਰੇਜ਼ ਕੀ ਕਰ ਰਿਹਾ ਸੀ, ਕਿਉਂਕਿ ਉਹਦੇ 'ਚ ਜਿਹੜੇ ਅੰਗਰੇਜ਼ ਭਗਤ ਨੇ ਉਹ ਵੀ ਇਹ ਗੱਲ ਜ਼ਿਆਦਾ ਕਰਦੇ ਨੇ। ਆਰ ਐੱਸ ਐੱਸ ਨੇ ਵੀ ਬਹੁਤ ਕੀਤਾ
ਕਿਉਂਕਿ ਉਹ ਵੀ ਅੰਗਰੇਜ਼ ਭਗਤ ਨੇ ਜੀ, ਕਿਉਂਕਿ ਜਿਹੜੀ ਅੰਗਰੇਜ਼ਾਂ ਦੀ ਵਿਰਾਸਤ ਸੀ ਅੱਜ ਇਹ ਕਹਿ ਕੇ ਬਦਲ ਰਹੇ ਨੇ, ਐਕਚੁਲੀ ਉਹਨੂੰ ਲਿਆ ਰਹੇ ਨੇ। ਤੋ ਇਹ ਇਸ ਕਰਕੇ ਉਸ ਸਵਾਲ ਨੂੰ ਆਪਾਂ ਮਤਲਬ ਮੈਂ ਉਸ ਜੋ ਕਹਿੰਦਾ ਕੰਪਲੀਮੈਂਟਰੀ ਹੈ ਕਿ ਜਿੱਥੇ ਗਾਂਧੀ ਮਤਲਬ ਇੱਕ ਤਾਂ ਰੁਕ ਗਿਆ, ਉਹਦੇ ਤੋਂ ਅੱਗੇ ਭਗਤ ਸਿੰਘ ਨੇ ਉਹਨੂੰ ਚੁੱਕਿਆ, ਉਹਦੇ 'ਤੇ ਬੜੀ ਬਹਿਸ ਮਤਲਬ ਮੈਂ ਉਹਦੇ ਕਾਫੀ ਸਾਰਾ ਕੰਮ ਕੀਤਾ ਕਿ ਇੱਕ ਕੰਪਲੀਮੈਂਟੈਰਿਟੀ ਹੁੰਦੀ ਹੈ। ਜਿੱਥੇ ਮਤਲਬ ਤਿਲਕ ਦਾ ਕੰਮ ਛੁੱਟਿਆ ਉਹਦੇ ਤੋਂ ਅੱਗੇ ਗਾਂਧੀ ਨੇ ਚੁੱਕਿਆ, ਗਾਂਧੀ ਜਿੱਥੇ ਆਣ ਕੇ ਮਤਲਬ ਇੱਕਦਮ ਔਰ ਉਸਥੇ ਮਤਲਬ ਰੁਕ ਰਿਹਾ, ਉੱਥੇ ਭਗਤ ਸਿੰਘ ਚੁੱਕ ਰਿਹਾ। 27 ਸਤੰਬਰ 1907 ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮਦਿਨ ਹੈ, ਠੀਕ ਹੈ, ਮਤਲਬ 27 ਸਤੰਬਰ 1907 ਨੂੰ ਸ਼ਹੀਦ ਆਜ਼ਮ ਦਾ ਜਿਹੜਾ ਜਨਮ ਹੋਇਆ। ਕੁਝ ਥਾਈਂ ਇਹ ਵੀ ਲਿਖਿਆ ਗਿਆ ਕਿ 28 ਸਤੰਬਰ ਨੂੰ ਸੀ, ਐਕਚੁਅਲ 'ਚ ਕੀ ਡੇਟ ਕੀ? ਐਕਚੁਅਲੀ ਉਹ 28 ਸਤੰਬਰ ਹੈ ਜੀ, ਕਿਉਂਕਿ 27 ਸਤੰਬਰ ਦੀ ਜਿਹੜੀ ਮੈਂ ਉਹਦਾ ਕਾਰਨ ਵੀ ਲੱਭਿਆ, ਕਿਉਂਕਿ ਜਿਹੜੀ ਪਹਿਲੀ ਇੰਗਲਿਸ਼ 'ਚ ਬਾਇਓਗ੍ਰਾਫੀ ਜੀ ਐਸ ਦਿਓਲ ਨੇ ਪੰਜਾਬੀ ਯੂਨੀਵਰਸਿਟੀ ਛਾਪੀ ਸੀ, ਉਹ ਅੰਗਰੇਜ਼ੀ 'ਚ ਸੀ ਜੀ, ਉਦੋਂ ਹੋਰ ਅੰਗਰੇਜ਼ੀ 'ਚ ਅਵੇਲੇਬਲ ਨਹੀਂ ਸੀ। ਉਹਦੇ 'ਚ ਉਹਨੇ ਗਲਤੀ ਕੀਤੀ, ਕਿਉਂਕਿ 13 ਆਸੂ ਛਨਿਛਰ ਵਾਰ ਮਤਲਬ ਆਮ ਡੇਟ ਹੈਗੀ ਹੈ, ਔਰ ਉਹ 28 ਹੈਗੀ ਜੀ। ਤੋ ਇਸ ਕਰਕੇ, ਔਰ ਦੂਜਾ ਹੈਗਾ ਕਿ ਅੱਜ ਕੱਲ੍ਹ ਜਿਹੜਾ ਜ਼ਿਆਦਾ ਖਤਰਨਾਕ ਕੰਮ ਹੋ ਗਿਆ ਕਿ ਵਿਕੀਪੀਡੀਆ ਜਿਹੜਾ ਹੈ ਉਹ CIA ਨੇ ਟੇਕ ਓਵਰ ਕਰ ਲਿਆ ਜੀ। ਇਹ ਵਿਕੀਪੀਡੀਆ ਦਾ ਜਿਹੜਾ ਜਿੰਨੇ ਉਹਨੂੰ ਬਣਾਇਆ ਉਹਦਾ ਕੱਲ੍ਹ ਬਿਆਨ ਸੀਗਾ। ਹੁਣ ਮਤਲਬ ਕਿ ਤੁਹਾਡੀ ਜਾਣਕਾਰੀ ਕਿੱਦਾਂ ਦੀ ਹੋਏਗੀ ਉਹਦੇ ਬਾਰੇ ਸਾਨੂੰ ਬਹੁਤ ਚੇਤਨ ਹੋਣ ਦੀ ਲੋੜ ਹੈ ਜੀ। ਲੇਕਿਨ ਇਹ ਕਿ 28 ਸਤੰਬਰ 1907 ਐਕਚੁਅਲ ਡੇਟ ਹੈ। ਸੋ ਕੀ ਸਾਡਾ ਦੇਸ਼ ਭਾਰਤ ਸ਼ਹੀਦ ਆਜ਼ਮ ਦੇ ਸੁਪਨਿਆਂ ਦਾ ਦੇਸ਼ ਬਣ ਸਕਦਾ, ਉਹਨਾਂ ਦੇ ਸੁਪਨਿਆਂ ਦਾ ਭਾਰਤ ਬਣ ਸਕਦਾ? ਜੇ ਹਾਂ ਤੇ ਕਿਵੇਂ ਤੇ ਕਦੋਂ? ਦੇਖੋ ਮੈਂ ਸਮਝਦਾ ਕਿ ਇਹ ਇੱਕ ਲਗਾਤਾਰਤਾ ਹੈ ਜੀ, ਕਿਉਂਕਿ ਭਗਤ ਸਿੰਘ ਦਾ ਯਕੀਨ ਕੀ ਸੀ, ਸੁਪਨੇ ਦੀ ਬਜਾਏ ਮੈਂ ਉਹਨਾਂ ਦੇ ਯਕੀਨ ਤੇ ਉਹਨਾਂ ਦੀ ਭਵਿੱਖਬਾਣੀਆਂ ਦੀ ਗੱਲ ਕਰੀਏ। ਉਹਨਾਂ ਦਾ ਯਕੀਨ ਸੀ ਕਿ ਲੋਕਾਂ ਮਤਲਬ ਜਦੋਂ ਉਹ ਜਿਹਨਾਂ 2 ਬਿੱਲਸ ਨੂੰ ਅਪੋਜ਼ ਕਰਨ ਗਏ, ਉਹਦੇ 'ਚ ਇੱਕ ਸੀਗਾ ਪਬਲਿਕ ਸੇਫਟੀ ਬਿੱਲ, ਉਹਦੇ ਨਾਂ 'ਤੇ ਇੰਡੀਵਿਜੂਅਲ ਦੀ ਲਿਬਰਟੀ ਜਿਹੜੀ ਹੈ ਜੋ ਅੱਜ ਵੀ ਹੈ ਕਿ ਤੁਹਾਡੀ ਵਿਅਕਤੀ ਦੀ ਲਿਬਰਟੀ ਬੰਦ ਕਰਤੀ ਜਾਏਗੀ। ਉਹ ਕਹਿੰਦੇ ਵੀ ਜੇ ਵਿਅਕਤੀ ਦੀ ਆਜ਼ਾਦੀ ਨਹੀਂ ਹੈ ਉਹਦੇ 'ਤੇ ਬੈਨ ਲੱਗਦਾ ਹੈ ਤਾਂ ਇਹਦਾ ਮਤਲਬ ਕਿ ਸੰਪੂਰਨ ਆਜ਼ਾਦੀ ਨਹੀਂ ਹੋ ਸਕਦੀ, ਤਾਂ ਉਹਦਾ ਸੰਕਲਪ ਸੰਪੂਰਨ ਆਜ਼ਾਦੀ ਦਾ ਹੈ। ਦੂਜਾ ਉਹਨਾਂ ਨੇ ਮਤਲਬ ਜਿਹੜਾ ਟ੍ਰੇਡ ਡਿਸਪਿਊਟ ਬਿੱਲ ਕਰਕੇ ਮਤਲਬ ਵਰਕਰਸ ਦੇ ਰਾਈਟ ਖਤਮ ਕਰਨ ਦਾ ਸੀ ਕਿ ਵਰਕਰ ਇਕੱਠੇ ਹੋ ਕੇ ਆਪਣੀ ਗੱਲ ਨਹੀਂ ਕਰ ਸਕਦੇ। ਉਹਨਾਂ ਨੇ ਕਿਹਾ ਵੀ ਜੇ ਲੋਕ ਇਕੱਠੇ ਹੋ ਕੇ ਆਪਣੀ ਗੱਲ ਨਹੀਂ ਕਰ ਸਕਦੇ ਤਾਂ ਫਿਰ ਮਤਲਬ ਲੋਕਤੰਤਰ ਨਹੀਂ ਹੋ ਸਕਦਾ। ਤੋ ਇਸ ਕਰਕੇ ਜਿਹੜਾ ਬਣਨਾ ਹੈ ਉਹ ਇਹਨਾਂ ਦੋਵਾਂ ਆਧਾਰਾਂ 'ਤੇ ਹੈ। ਮੈਂ ਸਮਝਦਾ ਜੇ ਤੁਸੀਂ ਗ੍ਰਾਮ ਸਭਾ ਨੂੰ ਸਟਰੈਂਥਨ ਕਰਦੇ ਹੋ, ਲੋਕ ਆਪਣੇ ਫੈਸਲੇ ਆਪ ਲੈਣ, ਔਰ ਇਹ ਕੰਸਟੀਟਿਊਸ਼ਨਲ ਹੈ, ਅਤੇ ਭਗਤ ਸਿੰਘ ਦਾ ਜਿਹੜਾ ਸੁਪਨਾ ਉਹ ਅੱਗੇ ਵੱਧਦਾ। ਭਗਤ ਸਿੰਘ ਕਿਸੇ ਕਰਾਮਾਤ ਵਿੱਚ ਵਿਸ਼ਵਾਸ ਨਹੀਂ ਰੱਖਦਾ, ਉਹ ਕਹਿੰਦਾ ਲੋਕਾਂ ਨੂੰ ਤਾਕਤਵਰ ਬਣਾਓ, ਔਰ ਉਹਦੇ ਵਿੱਚ ਉਹ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਆਦਰਸ਼ ਸਮਝਦੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਮ ਆਦਮੀ ਨੂੰ ਮਤਲਬ ਇੰਨਾ ਮਾਨਸਿਕ ਤੌਰ 'ਤੇ ਤਾਕਤਵਰ ਬਣਾ ਦਿੱਤਾ ਕਿ ਉਹ ਵੱਡੇ ਜ਼ੁਲਮ ਨੂੰ ਵੀ ਟਕਰਾ ਸਕਦਾ। ਤੋ ਜ਼ੁਲਮ ਨੂੰ ਰੋਕਣ ਦਾ ਜਿਹੜਾ ਮਤਲਬ ਹੱਕਾਂ ਦਾ ਉਹ ਹੈਗਾ। ਤੋ ਇਸ ਕਰਕੇ ਉਹ ਹੁਣ ਬਣ ਰਿਹਾ। ਮਤਲਬ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਨਾ ਚਾਹੁੰਦਿਆਂ ਹੋਇਆਂ ਵੀ ਤੁਹਾਨੂੰ ਕਰਨੀਆਂ ਪੈ ਰਹੀਆਂ ਨੇ, ਕਿਉਂਕਿ ਦਬਾਅ ਜਿਹੜਾ ਸਮਾਜ ਦਾ ਔਰ ਮਤਲਬ ਉਹਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਇੱਕ ਤਬਦੀਲੀ ਜਿਹੜੀ ਹੈ ਉਹ ਡੈਫੀਨੇਟ ਹੈ। ਲੇਕਿਨ ਉਹਦੇ ਵਿੱਚ ਉਹੀ ਹੈ ਕਿ ਵੀ ਕੀ ਕੁਛ ਲੋਕ ਉਹਨੂੰ ਸਮਝਣ ਦੇ ਕਾਬਲ ਬਣ ਕੇ ਉਹਦੇ 'ਚ ਆਪਣੀ ਹਿੱਸੇਦਾਰੀ ਕਰਦੇ ਨੇ, ਜਾਂ ਜਿਵੇਂ ਤੁਹਾਡੇ ਕੋਲ ਐਜੂਕੇਸ਼ਨ ਖੋਈ ਜਾ ਰਹੀ ਹੈ ਉਹ ਇਸੇ ਕਰਕੇ ਹੈ ਕਿ ਵੀ
ਨਿਆਣਿਆਂ ਨੂੰ ਤੁਸੀਂ ਪੜ੍ਹਨ ਯੋਗੇ ਨਾ ਛੱਡੋ, ਔਰ ਫਿਰ ਤੁਸੀਂ ਉਹਨਾਂ ਨੂੰ ਘਰ ਦੇ ਕੰਮਾਂ 'ਚ ਫਸਾ ਦਿਓ ਬਜਾਏ ਦੇ ਕਿ ਉਹ ਐਨਾਲਿਟੀਕਲ ਮਾਇੰਡ ਬਣ ਸਕੇ। ਮਤਲਬ ਇੱਕ ਬੰਨੇ 'ਤੇ ਹੈ ਕਿ ਅਸੀਂ ਸਾਇੰਸ ਦੀ ਏਡੀ ਵੱਡੀ, ਕਿਉਂਕਿ ਉਹ ਸਾਡੀ ਕੈਲਕੂਲੇਸ਼ਨ ਪਾਵਰ ਹੈ ਕਿ ਅਸੀਂ ਚੰਦਰਮਾ ਦੇ ਉੱਤੇ ਉਤਾਰ ਸਕਦੇ ਹਾਂ ਜੀ, ਮਤਲਬ ਸੂਰਜ ਨੂੰ ਵੀ ਮਤਲਬ ਦੇਖ ਸਕਦੇ ਹਾਂ। ਮੈਂ ਦਰਸ਼ਕਾਂ ਨੇ ਇੱਕ ਚੀਜ਼ ਹੋਰ ਸਾਂਝੀ ਕਰਨਾ ਚਾਹਾਂਗਾ ਕਿ ਸਰਦਾਰ ਜਗਮੋਹਨ ਸਿੰਘ ਹੋਰੀ IIT ਖੜਗਪੁਰ ਤੋਂ MTech ਜੀ, ਇਹ ਵੀ ਬੜੀ ਉਹ ਮੌਕਾ ਮਿਲਿਆ, ਮਤਲਬ ਆਜ਼ਾਦੀ ਦੇ ਦੇਸ਼ ਵਿੱਚ ਜੀ ਇਹ ਮੌਕਾ ਵੀ ਮਿਲਿਆ ਜੀ, ਪੜ੍ਹਾਈ ਦਾ ਮੌਕਾ ਵੀ ਮਿਲਿਆ ਜੀ, ਵਿਗਿਆਨ ਨੂੰ ਸਮਝਣ ਦਾ ਵੀ ਮੌਕਾ ਮਿਲਿਆ ਜੀ। ਤੋ ਮੈਂ ਤਾਂ ਜਿਹੜਾ ਭਗਤ ਸਿੰਘ ਦਾ ਹੈ ਕਿ ਵੀ ਅਸੀਂ ਹਰ ਚੀਜ਼ ਦਾ ਕਾਰਨ ਸਮਝਣ ਦੇ ਕਾਬਿਲ ਬਣੀਏ, ਇਹਦਾ ਮਤਲਬ ਕਿ ਸਾਇੰਸ ਜਿਹੜੀ ਹੈ ਉਹ ਲੈਬੋਰੇਟਰੀ 'ਚ ਨਹੀਂ ਹੈ, ਉਹ ਜ਼ਿੰਦਗੀ 'ਚ ਹੈ ਜੀ, ਕਿ ਸਾਡੇ ਆਲੇ ਦੁਆਲੇ ਕੀ ਹੋ ਰਿਹਾ, ਔਰ ਜਦੋਂ ਤੁਸੀਂ ਕਾਰਨ ਸਮਝ ਲਓਗੇ ਫਿਰ ਤੁਸੀਂ ਠੀਕ ਕਰ ਦਿਓ, ਫਿਰ ਭਗਤ ਸਿੰਘ ਤੁਹਾਨੂੰ ਹਰ ਥਾਂ ਮਿਲੇਗਾ। ਬੜੀ ਖੁਸ਼ਕਿਸਮਤੀ ਹੈ ਕਿ ਤੁਹਾਡੇ ਵਰਗੀ ਮਹਾਨ ਸ਼ਖਸੀਅਤ ਸ਼ਹੀਦ ਆਜ਼ਮ ਦੇ ਪਰਿਵਾਰ 'ਚੋਂ ਜੋ ਨੇ, ਔਰ ਉਹਨਾਂ ਦੀ ਆਉਣ ਵਾਲੀ ਪੀੜ੍ਹੀ ਸਾਡੇ ਕੋਲ ਆ ਕੇ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਉਹਨਾਂ ਦੀਆਂ ਜਿਹੜੇ ਵਿਚਾਰਧਾਰਾ ਸੀ, ਉਹਨਾਂ ਦੀ ਸੋਚ ਹੈ, ਉਹ ਦੱਸੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਤੁਹਾਡਾ ਬਹੁਤ ਧੰਨਵਾਦ।